Hello and welcome back and good evening to all of you and good morning, Dr. Saab. ek minute, I think. Are the photos coming? Yes, sir. The display screen and the photo are coming. Okay. Okay, sir. Can you continue, sir? Yes, I can. Okay, thank you. Good evening to all of you and good morning, Dr. Saab. Good morning, sir. ਐਂਡ ਵੈਲਕਮ ਬੈਕ ਅਗੇਨ ਟੂ ਦ ਜ਼ੂਮ ਰੈਵੀਨਾਰ ਤੇ ਜਿਹੜਾ ਸਾਡਾ ਅੱਜ ਦਾ ਟਾਪਿਕ ਆ ਬਹੁਤ ਜ਼ਿਆਦਾ ਵਿਸ਼ੇਸ਼ ਵੀ ਹੈਗਾ ਯਾ ਔਰ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਹੈਗਾ ਯਾ ਕਿ ਕੀ ਕੀ ਸਾਨੂੰ ਜਣੀਆਂ ਦਿਲ ਦੀਆਂ ਕੁਝ ਬਿਮਾਰੀਆਂ ਹੋ ਜਾਂਦੀਆਂ ਆ ਕੀ ਸਾਡੇ ਜਿਹੜੇ ਦਿਲ ਦੇ ਕੋਈ ਅਰਥੀਮੀਆ ਕੀ ਹੈਗਾ ਇਹ ਸਭ ਜਿਹੜੇ ਡਾਕਟਰ ਸਾਹਿਬ ਸਾਨੂੰ ਅੱਜ ਕਲੀਅਰ ਕਰਨਗੇ ਦੇ ਵਿੱਚ ਜੋ ਵੀ ਇੰਪੋਰਟੈਂਟ ਆ ਸਾਡੇ ਹਾਰਟ ਨਾਲ ਰਿਲੇਟਡ ਤੇ ਉਹ ਸਭ ਕੁਝ ਸਾਨੂੰ ਅੱਜ ਸਾਡੇ ਸਪੈਸ਼ਲ ਗੈਸਟ ਐਜ਼ ਆਲਵੇਸ ਡਾਕਟਰ ਜਗਜੇ ਸਿੰਘ ਵਿਰਕ ਜੀ ਐਫਐਮਐਸ ਐਫਸੀਜੀਪੀ ਪੀਜੀਟੀ ਜੀਐਨ ਐਮਬੀਬੀਐਸ ਸਾਡੇ ਨਾਲ ਫੇਰ ਤੋਂ ਰੂਬਰੂ ਹੋਏ ਆ ਔਰ ਬਹੁਤ ਹੀ ਇੰਪੋਰਟੈਂਟ ਟਾਪਿਕ ਲੈ ਕੇ ਤੇ ਆਪਾਂ ਇਹਨਾਂ ਦਾ ਵੈਲਕਮ ਕਰਦੇ ਆ ਤੇ ਆਪਣੇ ਟਾਪਿਕ ਨੂੰ ਕੰਟੀਨਿਊ ਕਰਦੇ ਆ ਵੈਲਕਮ ਡਾਕਟਰ ਸਾਹਿਬ ਥੈਂਕ ਯੂ ਚੇਤਨਾ ਜੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਡਿਸਕਸ ਕਰਨ ਜਾ ਰਹੇ ਆ ਜਿਹੜਾ ਕਿ ਸਾਡੀ ਦਿਲ ਦੀ ਧੜਕਣ ਦੇ ਨਾਲ ਰਿਲੇਟਡ ਹੈ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਇਹ ਰਿਦਮੀਆਂ ਕੀ ਹੁੰਦੇ ਆ ਰਿਦਮੀਆਂ ਇਹ ਹੁੰਦੇ ਆ ਕਿ ਜਿਹੜੀ ਨਾਰਮਲ ਸਾਡੀ ਧੜਕਣ ਹੈ ਜਿਸ ਤਰ੍ਹਾਂ ਟਪ 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 ਸਾਡਾ ਹਾਰਟ ਬੀਟ ਕਰਦਾ ਹੈ ਇਹਨੂੰ ਅਸੀਂ ਨਾਰਮਲ ਰਿਦਮ ਕਹਿੰਦੇ ਆ ਤਾਲ ਜਿਹਨੂੰ ਤਾਲ ਕਹਿੰਦੇ ਆ ਕਿ ਆ ਤਾਲ ਦੇ ਵਿੱਚ ਇਹ ਸਾਡਾ ਹਾਰਟ ਬੀਟ ਕਰਦਾ ਹੈ ਜਦੋਂ ਇਹ ਅਬਨਾਰਮਲ ਹੋ ਜਾਂਦਾ ਆ ਇਹ ਤਾਲ ਦੇ ਵਿੱਚ ਨਹੀਂ ਰਹਿੰਦਾ ਇਸ ਤਰ੍ਹਾਂ ਰਿਦਮੀਆਂ ਇਹਨੂੰ ਰਿਦਮੀਆਂ ਕਹਿੰਦੇ ਆ ਜਦੋਂ ਸਾਡੇ ਹਾਰਟ ਤਾਲ ਦੇ ਵਿੱਚ ਹੁੰਦਾ ਤੇ ਉਹ ਨਾਰਮਲ ਸਾਡਾ ਹਾਰਟ ਚੱਲੀ ਜਾਂਦਾ ਔਰ ਸਾਡੀ ਜਿਹੜੀ ਬਲੱਡ ਸਪਲਾਈ ਆ ਉਹ ਨਾਰਮਲ ਚੱਲੀ ਜਾਂਦੀ ਆ ਜਦੋਂ ਇਹ ਰਿਦਮੀਆਂ ਹੋ ਜਾਂਦਾ ਜਦੋਂ ਇਹ ਤਾਲ ਤੋਂ ਬਿਤਾਲ ਹੋ ਜਾਂਦਾ ਫਿਰ ਸਾਡਾ ਜਿਹੜਾ ਜਿੰਨਾ ਵੀ ਸਿਸਟਮ ਹੈਗਾ ਸਾਰਾ ਮਤਲਬ ਬਲੱਡ ਸਰਕੂਲੇਸ਼ਨ ਦਾ ਉਹ ਗੜਬੜਾ ਜਾਂਦਾ ਆ ਉਹਦੇ ਨਾਲ ਫਿਰ ਸਾਨੂੰ ਸਾਰੀਆਂ ਪ੍ਰੋਬਲਮਸ ਹੁੰਦੀਆਂ ਹੈਗੀਆਂ ਇਸ ਲਈ ਜਿਹੜਾ ਇਹ ਰਿਦਮੀਆਂ ਹੈ ਇਹਦੇ ਬਾਰੇ ਜਾਂਚ ਕਰਨੀ ਇਹਦੇ ਬਾਰੇ ਡਾਕਟਰ ਨੂੰ ਦਿਖਾਣਾ ਔਰ ਇਹ ਅਸੀਂ ਆਪਣੀ ਪਲਸ ਤੋਂ ਦੇਖ ਸਕਦੇ ਆ ਕਿ ਸਾਡੀ ਪਲਸ ਜਿਹੜੀ ਹੈਗੀ ਆ ਉਹ ਠੀਕ ਤਾਲ ਦੇ ਵਿੱਚ ਚੱਲ ਰਹੀ ਆ ਰਿਦਮ ਦੇ ਵਿੱਚ ਚੱਲ ਰਹੀ ਆ ਜਿਆਦਾ ਤਾਂ ਨਹੀਂ ਚੱਲ ਰਹੀ ਸੁ ਲੋ ਤਾਂ ਨਹੀਂ ਚੱਲ ਰਹੀ ਇਰੈਗੂਲਰ ਤਾਂ ਨਹੀਂ ਚੱਲ ਰਹੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈਗੀ ਆ ਸੋ ਇਹ ਟਾਪਿਕ ਬਹੁਤ ਇੰਪੋਰਟੈਂਟ ਹੈ ਔਰ ਆਪਾਂ ਇਹ ਇਹਦੇ ਬਾਰੇ ਡਿਸਕਸ ਕਰਦੇ ਹੈਗੇ ਆ ਇਹ ਜਿਹੜੀ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਆ ਇਹ ਕਿਉਂਕਿ ਸਾਡਾ ਸਾਰਾ ਸਰੀਰ ਹੀ ਇੱਕ ਇਲੈਕਟ੍ਰੀਕਲ ਸਿਸਟਮ ਦੇ ਉੱਤੇ ਚੱਲਦਾ ਹੈਗਾ ਆ ਜਿਹੜਾ ਕਿ ਸਾਡੇ ਹਾਰਟ ਦੇ ਵਿੱਚ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਆ ਜਾਂਦਾ ਹੈਗਾ ਆ ਕਿ ਕਿਸ ਤਰ੍ਹਾਂ ਕਿ ਆ ਸਾਡਾ ਜਿਹੜਾ ਇੱਕ ਐਸਏ ਲਿਖਿਆ ਹੈਗਾ ਇਹ ਐਸਏ ਨੋਡ ਹੈ ਹਾਰਟ ਦੇ ਅੰਦਰ ਜਿਹੜਾ ਸਾਡਾ ਆ ਔਰੀਕਲ ਹੈ ਰਾਈਟ ਔਰੀਕਲ ਆ ਇਹਦੇ ਉੱਪਰਲੇ ਪਾਸੇ ਇੱਕ ਤੁਸੀਂ ਜਾਨੋ ਕਿ ਸਾਡੇ ਹਾਰਟ ਦੇ ਚਾਰ ਚੈਂਬਰਸ ਹੁੰਦੇ ਹੈਗੇ ਆ ਇੱਕ ਇਹ ਸੱਜਾ ਔਰੀਕਲ ਹੈ ਇਧਰ ਇਹ ਖੱਬਾ ਔਰੀਕਲ ਹੈ ਇਹ ਸਾਡਾ ਖੱਬਾ ਇਹ ਇਹ ਇਧਰ ਖੱਬਾ ਵੈਂਟਰੀਕਲ ਹੈ ਇਹ ਸੱਜਾ ਵੈਂਟਰੀਕਲ ਹੈਗਾ ਜਿਹੜਾ ਸਾਡਾ ਇਹ ਇਹ ਸੱਜਾ ਔਰੀਕਲ ਹੈ ਇਹਦੇ ਉੱਪਰਲੇ ਪਾਸੇ ਇੱਕ ਇਹ ਬੈਟਰੀ ਆ ਇਹਦੇ ਤੋਂ ਲਗਾਤਾਰ ਬਿਜਲੀ ਦਾ ਕਰੰਟ ਨਿਕਲਦਾ ਆ ਜਿਹੜਾ ਕਿ ਕਰੰਟ ਸਾਡੇ ਇਹ ਜਿਹੜਾ ਔਰੀਕਲ ਔਰ ਵੈਂਟਰੀਕਲ ਦਾ ਹਿੱਸਾ ਹੈਗਾ ਉਹਦੇ ਉੱਤੇ ਏਵੀ ਨੋਡ ਕਹਿੰਦੇ ਆ ਐਟ੍ਰੀਓ ਵੈਂਟਰੀਕਲ ਨੋਡ ਇੱਥੇ ਹੁੰਦੀ ਆ ਇਹਦੇ ਵਿੱਚ ਆ ਜਾਂਦਾ ਇਹਦੇ ਤੋਂ ਇਹਦੀਆਂ ਜਿਹੜੀਆਂ ਤਾਰਾਂ ਹੈਗੀਆਂ ਆ ਉਹ ਪਰਕਿੰਜੀ ਫਾਈਬਰ ਕਹਿੰਦੇ ਆ ਅਸੀਂ ਉਹ ਇਧਰ ਰਾਈਟ ਸਾਈਡ ਵੱਲ ਨੂੰ ਚੱਲ ਜਾਂਦੀਆਂ ਇਧਰ ਲੈਫਟ ਸਾਈਡ ਵੱਲ ਨੂੰ ਚੱਲ ਜਾਂਦੀਆਂ ਫਿਰ ਇਹ ਇਧਰ ਵੀ ਇਹ ਕੰਟ੍ਰੈਕਟ ਕਰਦਾ ਇਧਰ ਵੀ ਇਹ ਕੰਟ੍ਰੈਕਟ ਕਰਦਾ ਜਦੋਂ ਇਹ ਜਿਹੜੀ ਕਰੰਟ ਹੈਗਾ ਆ ਇਹਦੇ ਵਿੱਚ ਜਾਂਦਾ ਹੈਗਾ ਆ ਤੇ ਇਹ ਸਾਨੂੰ ਕੰਟ੍ਰੈਕਸ਼ਨ ਦਿੰਦਾ ਹੈ ਹਾਰਟ ਫੇਰ ਸਾਡਾ ਕੰਟ੍ਰੈਕਟ ਕਰਦਾ ਹੈਗਾ ਆ ਇਹ ਇਹਦੇ ਵਿੱਚੋਂ ਕੰਟੀਨਿਊਸਲੀ ਕਰੰਟ ਨਿਕਲੀ ਜਾਂਦਾ ਆ ਔਰ ਕੰਟੀਨਿਊਸਲੀ ਇਹ ਸਾਡਾ ਹਾਰਟ ਬੀਟ ਕਰੀ ਜਾਂਦਾ ਹੈਗਾ ਆ ਜੇ ਹੋ ਸਕੇ ਤਾਂ ਮੈਂ ਤੁਹਾਨੂੰ ਇੱਕ ਇਹਦੇ ਦਿਖਾਵਾਂ ਜੇ ਇਹ ਤੁਹਾਨੂੰ ਦਿਸਦਾ ਹੈ ਆ ਫੋਟੋ ਤੁਹਾਨੂੰ ਦਿਸ ਰਹੀ ਆ ਜਾਂ ਨਹੀਂ ਜੀ ਸਰ ਬਿਲਕੁਲ ডিসপ্লে ਹੋ ਰਹੀ ਹੈ ਹਾਂ ਇੱਕ ਕਿਸ ਤਰ੍ਹਾਂ ਸਾਡਾ ਹਾਰਟ ਧੜਕਦਾ ਹੈ ਇਹ ਉਹਦੀ ਉਹਦੀ ਫੋਟੋ ਹੈ हां ਤੁਸੀਂ ਹੁਣ ਦੇਖਿਆ ਹੋਵੇਗਾ ਕਿ ਇਹ ਕਿਸ ਤਰ੍ਹਾਂ ਸਾਡਾ ਹਾਰਟ ਜਿਹੜਾ ਹੈਗਾ ਆ ਉਹ ਕੰਮ ਕਰਦਾ ਹੈਗਾ ਆ ਤੇ ਇਸ ਤਰ੍ਹਾਂ ਆ ਤੇ ਇਸ ਤਰ੍ਹਾਂ ਸਾਡਾ ਹਾਰਟ ਜਿਹੜਾ ਆ ਉਹ ਕੰਮ ਕਰ ਰਿਹਾ ਹੈ ਤੇ ਫਿਰ ਹੁਣ ਅਸੀਂ ਜਾਣਦੇ ਹਾਂ ਕਿ ਇਹ ਕੀ ਹੈ ਜਿਹੜੀ ਇਰੈਗੂਲਰ ਹਾਰਟ ਬੀਟ ਹੈਗੀ ਆ ਜਿਸ ਤਰ੍ਹਾਂ ਮਤਲਬ ਉਹਦਾ ਤਾਲ ਜਦੋਂ ਵਿਗੜ ਜਾਂਦਾ ਆ ਤੇ ਫਿਰ ਅਸੀਂ ਉਹਨੂੰ ਅਰਿਧਵੀਆਂ ਕਹਿੰਦੇ ਹੈਗੇ ਆ ਜਿਹੜੀਆਂ ਹਾਰਟ ਰਿਦਮ ਦੀਆਂ ਪ੍ਰੋਬਲਮਸ ਹੈਗੀਆਂ ਆ ਇਹ ਜਦੋਂ ਇਲੈਕਟ੍ਰੀਕਲ ਸਿਗਨਲ ਜਿਹੜਾ ਹੈਗਾ ਉਹ ਕੋਆਰਡੀਨੇਟ ਨਹੀਂ ਕਰਦਾ ਹਾਰਟ ਦੀ ਬੀਟਸ ਦੇ ਨਾਲ ਤੇ ਉਹ ਪ੍ਰੋਪਰਲੀ ਵਰਕ ਨਹੀਂ ਕਰਦਾ ਉਹ ਫਾਲਟੀ ਸਿਗਨਲ ਹੋ ਜਾਂਦਾ ਆ ਤੇ ਹਾਰਟ ਬੀਟ ਜਿਹੜੀਆਂ ਆ ਜਾਂ ਤਾਂ ਫਾਸਟ ਚੱਲਦੀਆਂ ਹੈਗੀਆਂ ਜਾਂ ਸਲੋ ਚੱਲਦੀਆਂ ਹੈਗੀਆਂ ਜਿਹੜੇ ਜਿਹੜੇ ਹਾਰਟ ਦੇ ਵਿੱਚ ਅਸੀਂ ਜਿਹੜੀ ਧੜਕਣ ਹੈਗੀ ਆ ਉਹ ਰੇਸਿੰਗ ਹਾਰਟ ਜਿੱਦਾਂ ਕਿਸ ਕਈਆਂ ਨੂੰ ਬਹੁਤ ਜ਼ਿਆਦਾ ਧੱਕਣ ਲੱਗ ਪੈਂਦਾ ਇੱਕਦਮ ਫਲਟਰਿੰਗ ਟਾਈਪ ਹੋ ਜਾਂਦਾ ਹੈਗਾ ਆ ਪਰ ਉਹ ਜਦੋਂ ਸਾਨੂੰ ਕੋਈ ਮਤਲਬ ਅਸੀਂ ਕੋਈ ਐਸੀ ਚੀਜ਼ ਦੇਖ ਲੈਨੇ ਆ ਜਾਂ ਕੋਈ ਸਾਡੇ ਇੱਕਦਮ ਸਟ੍ਰੈਸ ਆ ਜਾਂਦਾ ਉਹਦੇ ਨਾਲ ਸਾਡਾ ਹਾਰਟ ਜਿਹੜਾ ਇੱਕਦਮ ਧੜਕਣ ਲੱਗ ਪੈਂਦਾ ਹੈ ਤੇ ਜਦੋਂ ਅਸੀਂ ਕਈ ਵਾਰੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇਹ ਜਿਹੜਾ ਹਾਰਟ ਦੀ ਧੜਕਣ ਹੈਗੀ ਆ ਇੰਨੀ ਕੁ ਜ਼ਿਆਦਾ ਹੋ ਜਾਂਦੀ ਆ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਹੁਣ ਵੀ ਗਏ ਹੁਣ ਵੀ ਗਏ ਉਹਦਾ ਜਿਹੜੀ ਸਾਡਾ ਡਰ ਹੈਗਾ ਆ ਉਹ ਸਾਨੂੰ ਮਤਲਬ ਬਹੁਤ ਤਕਲੀਫ ਦਿੰਦਾ ਹੈਗਾ ਆ ਤੇ ਇਸ ਤੋਂ ਨਾਰਮਲ ਕੀ ਆ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹੈਗੇ ਆ ਉਦੋਂ ਵੀ ਸਾਡਾ ਹਾਰਟ ਜਿਹੜਾ ਆ ਨਾਰਮਲ ਨਾਲੋਂ ਜ਼ਿਆਦਾ ਚੱਲਦਾ ਹੈਗਾ ਆ ਜਦੋਂ ਸਾਡੇ ਕੋਲ ਸਟ्रेस ਜ਼ਿਆਦਾ ਹੁੰਦਾ ਦਿਮਾਗ ਦੇ ਉੱਤੇ ਉਦੋਂ ਵੀ ਸਾਡਾ ਹਾਰਟ ਜ਼ਿਆਦਾ ਤੇਜ਼ ਚੱਲਦਾ ਹੈਗਾ ਗਤੀ ਤੇ ਨਾਲ ਫੇਰ ਕਈ ਵਾਰੀ ਜਦੋਂ ਸਾਨੂੰ ਫਿਕਰ ਹੁੰਦਾ ਜਾਂ ਚਿੰਤਾ ਕੋਈ ਹੁੰਦੀ ਹੈਗੀ ਆ ਉਸ ਵੇਲੇ ਵੀ ਸਾਡਾ ਹਾਰਟ ਜਿਹੜਾ ਆ ਉਹ ਜ਼ਿਆਦਾ ਪਰ ਇਹਨਾਂ ਚੀਜ਼ਾਂ ਨੂੰ ਅਸੀਂ ਨਾਰਮਲ ਕਹਿੰਦੇ ਹੈਗੀ ਆ ਇਹ ਨਾਰਮਲ ਸਾਡੇ ਫਿਜ਼ੀਓਲੋਜੀਕਲ ਸਿਸਟਮ ਦੇ ਵਿੱਚ ਆ ਜਾਂਦਾ ਹੈ ਤੇ ਜਿਹੜਾ ਹਾਰਟ ਜਦੋਂ ਸਾਡਾ ਸਲੋ ਹੋ ਜਾਂਦਾ ਆ ਉਹਨੂੰ ਅਸੀਂ ਰਾਤ ਨੂੰ ਜਦੋਂ ਅਸੀਂ ਸੌਣੇ ਹੈਗੇ ਆ ਤੇ ਸਾਡਾ ਹਾਰਟ ਉਸ ਵੇਲੇ ਕਿਉਂਕਿ ਕੋਈ ਸਟ੍ਰੈਸ ਨਹੀਂ ਹੁੰਦਾ ਨੀਂਦ ਦੇ ਵਿੱਚ ਇਹ ਸਲੋ ਹੋ ਜਾਂਦਾ ਹੈ ਇਹ ਸਾਰਾ ਜਿਹੜਾ ਸਿਸਟਮ ਹੈਗਾ ਇਹ ਫਿਜ਼ੀਓਲੋਜੀਕਲ ਹੈ ਇਹ ਨਾਰਮਲ ਹੈ ਇਹਦੇ ਇਹਦੇ ਵਿੱਚ ਕੋਈ ਗੜਬੜ ਨਹੀਂ ਹੈ ਰੈਸਟਿੰਗ ਹਾਰਟ ਰੇਟ ਕੀ ਹੈਗਾ ਆ ਰੈਸਟਿੰਗ ਹਾਰਟ ਰੇਟ ਉਹ ਆ ਜਦੋਂ ਅਸੀਂ ਬਿਲਕੁਲ ਰੈਸਟ ਕਰ ਰਹੇ ਹੁੰਨੇ ਆ ਤੇ ਬੇਸਿਕ ਜਿਹੜਾ ਹਾਰਟ ਰੇਟ ਹੈਗਾ ਉਹਨੂੰ ਅਸੀਂ ਰੈਸਟਿੰਗ ਹਾਰਟ ਰੇਟ ਕਹਿੰਦੇ ਆ ਜਿਹੜਾ ਰਾਤ ਨੂੰ ਸਾਡਾ ਜਦੋਂ ਅਸੀਂ ਕੋਈ ਵੀ ਸਾਡੇ ਤੇ ਦਿਮਾਗ ਦੇ ਉੱਤੇ ਪਰੇਸ਼ਾਨੀ ਨਹੀਂ ਹੁੰਦੀ ਔਰ ਸਾਡਾ ਕਾਮ ਐਂਡ ਕਵਾਈਟ ਹੁੰਨੇ ਆ ਉਹਨੂੰ ਰੈਸਟਿੰਗ ਹਾਰਟ ਕਹਿੰਦੇ ਆ ਇਹ ਤਕਰੀਬਨ ਅਡਲਟਸ ਦੇ ਵਿੱਚ 60 ਤੋਂ 100 ਬੀਟ ਦੇ ਪਰ ਮਿੰਟ ਦੇ ਵਿੱਚ ਹੁੰਦਾ ਹੈਗਾ ਆ ਜਨਰਲੀ ਜਿਹੜਾ ਲੋਅਰ ਹਾਰਟ ਰੇਟ ਉਹ ਰੈਸਟ ਦੇ ਵਿੱਚ ਐਮਪਲਾਈ ਕਰਦਾ ਹੈਗਾ ਆ ਤੇ ਐਫੀਸ਼ੀਐਂਟ ਹਾਰਟ ਫੰਕਸ਼ਨ ਕਰਦਾ ਹੈਗਾ ਬੈਟਰ ਕਾਰਡੀਓ ਵੈਸਕੂਲਰ ਜਿੰਨਾ ਵੀ ਤੁਹਾਡਾ ਜਿਹੜਾ ਰੈਸਟਿੰਗ ਹਾਰਟ ਰੇਟ ਘਟ ਹੋਏਗਾ ਉਹਨਾਂ ਤੁਹਾਡਾ ਜਿਹੜਾ ਹਾਰਟ ਹੋਏਗਾ ਉਹ ਸਟਰੋਂਗ ਹੋਏਗਾ ਜੇ ਜਿੱਦਾਂ ਜਿਹੜੇ ਐਥਲੀਟ ਹੈਗੇ ਆ ਜਿਹੜੇ ਜ਼ਿਆਦਾ ਕਸਰਤ ਵਗੈਰਾ ਕਰਦੇ ਹੈਗੇ ਆ ਉਹਨਾਂ ਦਾ ਜਿਹੜਾ ਨਾਰਮਲ ਹਾਰਟ ਰੇਟ ਹੈਗਾ ਆ ਈਵਨ 40 ਤੱਕ ਪਹੁੰਚ ਜਾਂਦਾ ਹੈਗਾ ਆ 40 ਬੀਟਸ ਪਰ ਮਿੰਟ ਸੋ ਇਸ ਲਈ ਨਾਰਮਲ ਤਾਂ 60 ਤੋਂ 100 ਤੱਕ ਹੁੰਦਾ ਆ ਪਰ ਜਿਹੜੇ ਜਿਆਦਾ ਐਥਲੀਟ ਹੈਗੇ ਆ ਜਿਹੜੇ ਜਿਆਦਾ ਆਪਣੇ ਕਸਰਤ ਵਗੈਰਾ ਕਰਦੇ ਆ ਉਹਨਾਂ ਦਾ ਜਿਹੜਾ ਬੇਸਿਕ ਰੈਸਟਿੰਗ ਹਾਰਟ ਰੇਟ ਆ ਉਹ 40 ਤੱਕ ਵੀ ਪਹੁੰਚ ਸਕਦਾ ਹੈਗਾ ਆ ਸੋ ਇਸ ਲਈ ਜਿੰਨਾ ਰੈਸਟਿੰਗ ਹਾਰਟ ਰੇਟ ਤੁਹਾਡਾ ਘੱਟ ਹੋਏਗਾ ਉਹਨੇ ਤੁਹਾਡਾ ਹਾਰਟ ਜਿਹੜਾ ਆ ਸਟਰੋਂਗ ਹੋਏਗਾ ਮੇਰਾ ਵੀ 56 57 ਤੱਕ ਰਹਿੰਦਾ ਹੈਗਾ ਆ ਹਾਰਟ ਰੇਟ ਮੈਂ ਕੋਈ ਇੰਨੀ ਜ਼ਿਆਦਾ ਕਸਰਤ ਨਹੀਂ ਕਰਦਾ ਪਰ ਨਾਰਮਲ ਹਾਰਟ ਰੇਟ ਜਿਹੜਾ ਆ ਉਹ 55-57 ਤੱਕ ਇਸ ਉਮਰ ਦੇ ਵਿੱਚ ਰਹਿ ਰਿਹਾ ਹੈਗਾ ਆ। ਤੋਂ ਪੈਲਪੀਟੇਸ਼ਨ ਜਿਹੜੀ ਜ਼ਿਆਦਾ ਧੜਕਣ ਦੇ ਕਾਰਨ ਕੀ ਹੈਗੇ ਆ? ਇਹ ਤੇ ਹੈ ਕਿ ਇੱਕ ਤਾਂ ਜੇ ਕਿਸੇ ਨੂੰ ਹਾਰਟ ਡਿਜ਼ੀਜ਼ ਹੈਗੀ ਆ। ਇਹ ਸਾਡੇ ਪੈਥੋਲੋਜੀਕਲ ਕਾਰਨ ਹੈਗੇ ਆ ਜਿਹੜੇ ਨਾਰਮਲ ਆ ਉਹ ਮੈਂ ਤੁਹਾਨੂੰ ਦੱਸੇ ਹੈਗੇ ਆ। ਪੈਥੋਲੋਜੀ ਕਾਰਨ ਮਤਲਬ ਜਿਹੜੇ ਬਿਮਾਰੀ ਨਾਲ ਸੰਬੰਧਤ ਹੈਗੇ ਆ। ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈਗੀ ਆ ਉਹਨਾਂ ਦੇ ਵੀ ਜਿਹੜੇ ਥਾਇਰੋਟੋਕਸਿਕ ਅਸਿਸ ਹੁੰਦਾ ਆ ਉਹਦੇ ਵਿੱਚ ਇਹ ਜ਼ਿਆਦਾ ਹੋ ਜਾਂਦਾ ਜਿਨ੍ਹਾਂ ਨੂੰ ਐਂਗਜ਼ਾਈਟੀ ਹੁੰਦੀ ਆ ਨੈਰੋਸਿਸ ਹੁੰਦਾ ਆ ਉਹਨਾਂ ਦਾ ਵੀ ਹਾਰਟ ਜਿਹੜਾ ਰੇਟ ਹੈਗਾ ਉਹ ਜ਼ਿਆਦਾ ਹੋ ਜਾਂਦਾ ਹੈਗਾ ਆ ਕਈ ਵਾਰੀ ਹਾਰਟ ਦੀਆਂ ਸਟਰਕਚਰਲ ਔਰ ਇਲੈਕਟ੍ਰੀਕਲ ਕੰਡੀਸ਼ਨਸ ਹੁੰਦੀਆਂ ਆ ਜਿਨ੍ਹਾਂ ਦੇ ਵਿੱਚ ਹਾਰਟ ਜਿਹੜਾ ਆ ਉਹ ਤੇਜ਼ ਚੱਲਦਾ ਹੈਗਾ ਆ ਜਿਹੜੀ ਅਬਨਾਰਮਲ ਹਾਰਟ ਰਿਦਮ ਹੈਗੀ ਆ ਇਹਨੂੰ ਅਰਿਦਮੀਆਂ ਕਹਿੰਦੇ ਆ ਔਰ ਇਹ ਕਈ ਵਾਰੀ ਐਟਰੀਅਲ ਫਿਬ੍ਰਿਲੇਸ਼ਨ ਚ ਬਦਲ ਜਾਂਦਾ ਐਟਰੀਅਲ ਫਿਬ੍ਰਿਲੇਸ਼ਨ ਚ ਇਹ ਹੁੰਦਾ ਕਿ ਹਾਰਟ ਰੇਟ ਜਿਹੜਾ ਬਹੁਤ ਜ਼ਿਆਦਾ ਇਰੈਗੂਲਰਲੀ ਇਰੈਗੂਲਰ ਇਰੈਗੂਲਰਲੀ ਰੈਗੂਲਰ ਮਤਲਬ ਕਿ ਉਹਦੀ ਤਾਲ ਵੀ ਕੋਈ ਨਹੀਂ ਹੁੰਦੀ ਔਰ ਉਹਦਾ ਕਦੀ ਆ ਗਿਆ ਕਦੀ ਮਤਲਬ ਛੋਟੀ ਰਿਦਮ ਹੋ ਗਈ ਕਦੀ ਜ਼ਿਆਦਾ ਹੋ ਗਈ ਕਦੀ ਗਲਤ ਹੋ ਗਈ ਕਦੀ ਸਹੀ ਹੋ ਗਈ ਮਤਲਬ ਇਰੈਗੂਲਰਲੀ ਇਰੈਗੂਲਰ ਹੁੰਦਾ ਹੈਗਾ ਆ ਫੇਰ ਕਈ ਵਾਰੀ ਜਿਨ੍ਹਾਂ ਨੂੰ ਬਹੁਤ ਖੂਨ ਦੀ ਕਮੀ ਹੁੰਦੀ ਹੈਗੀ ਆ ਉਹਨਾਂ ਦੇ ਵਿੱਚ ਵੀ ਹਾਰਟ ਰੇਟ ਜਿਹੜਾ ਬਹੁਤ ਵੱਧ ਜਾਂਦਾ ਹੈਗਾ ਆ ਧੜਕਣ ਉਹਨਾਂ ਦੀ ਹਮੇਸ਼ਾ ਵਧੀ ਰਹਿੰਦੀ ਹੈਗੀ ਆ ਫੇਰ ਕਈਆਂ ਦੇ ਹਾਰਟ ਫੇਲਿਅਰ ਹੋ ਜਾਂਦੀ ਹੈ ਜਿਨ੍ਹਾਂ ਨੂੰ ਮੰਨ ਲਓ ਸਾਹ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਦਾ ਹਾਰਟ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਫੇਵਿਟਾਂ ਚ ਪਾਣੀ ਭਰ ਜਾਂਦਾ ਹੈਗਾ ਆ ਔਰ ਉਹਨਾਂ ਨੂੰ ਫੈਸਾ ਲੈਣ ਚ ਬਹੁਤ ਤਕਲੀਫ ਹੁੰਦੀ ਹੈ ਉਹਨਾਂ ਦਾ ਹਾਰਟ ਜਿਹੜਾ ਹੈ ਉਹ ਫੇਲ ਹੋ ਜਾਂਦਾ ਔਰ ਉਹਨਾਂ ਚ ਵੀ ਜਿਹੜੀ ਇੱਕ ਹਾਰਟ ਦੀ ਪੈਲਪੀਟੇਸ਼ਨ ਹੈਗੀ ਆ ਉਹ ਵੱਜ ਜਾਂਦੀ ਹੈ ਜੇ ਜਿਹੜਾ ਹਾਰਟ ਅਟੈਕ ਨੂੰ ਮਤਲਬ ਜਿਹੜਾ ਹੋ ਜਾਂਦਾ ਹੈਗਾ ਆ ਉਹ ਵੀ ਪੈਲਪੀਟੇਸ਼ਨ ਜਿਹੜਾ ਹੈ ਡਿਵੈਲਪ ਕਰ ਸਕਦਾ ਹੈਗਾ ਆ ਇਸ ਤਰ੍ਹਾਂ ਜਿਹੜਾ ਹਾਰਟ ਦੀ ਪੈਲਪੀਟੇਸ਼ਨ ਜਾਂ ਵੱਧ ਧੜਕਣ ਹੈਗੀ ਆ ਉਹ ਅਸੀਂ ਮਹਿਸੂਸ ਕਰਦੇ ਹੈਗੇ ਆ ਕਾਸ ਕੀ ਹੋ ਸਕਦੇ ਆ ਅਦਰ ਪੋਸੀਬਲ ਕਾਜ਼ ਹਾਰਟ ਪੈਲਪੀਟੇਸ਼ਨ ਦੇ ਕਿਹੜੇ ਹੋ ਸਕਦੇ ਹੈਗੇ ਆ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ ਸਟ्रेस ਹੁੰਦਾ ਜਾਂ ਜਦੋਂ ਤੁਹਾਡਾ ਡੀਹਾਈਡਰੇਸ਼ਨ ਹੁੰਦੀ ਆ ਤੁਹਾਡੇ ਪਾਣੀ ਦੀ ਕਮੀ ਹੁੰਦੀ ਆ ਸਰੀਰ ਦੇ ਵਿੱਚ ਜਾਂ ਕਈ ਵਾਰੀ ਬੁਖਾਰ ਹੋ ਜਾਂਦਾ ਇਲਨੈਸ ਕੋਈ ਵੀ ਹੋ ਜਾਂਦੀ ਆ ਉਦੋਂ ਵੀ ਤੁਹਾਡੀ ਧੜਕਣ ਜਿਹੜੀ ਆ ਵੱਧ ਜਾਂਦੀ ਹੈਗੀ ਆ ਕਈ ਮੈਡੀਕੇਸ਼ਨਸ ਐਸੀਆਂ ਹੈਗੀਆਂ ਆ ਜਿਨ੍ਹਾਂ ਨਾਲ ਹਾਰਟ ਦੀ ਕਈ ਦਵਾਈਆਂ ਦੀਆਂ ਬਿਮਾਰ ਐਸੀਆਂ ਹੈਗੀਆਂ ਆ ਸਾਲਵੋਟਾ ਮੋਗਲ ਵਗੈਰਾ ਜਿਹੜੀਆਂ ਦਵਾਈਆਂ ਹੈਗੀਆਂ ਉਹਨਾਂ ਨਾਲ ਵੀ ਇਹ ਹਾਰਟ ਦੀ ਇਹ ਧੜਕਣ ਜ਼ਿਆਦਾ ਹੋ ਜਾਂਦੀ ਹੈ ਕਈ ਇਲੀਗਲ ਡਰੱਗਸ ਜਿਹੜੀਆਂ ਹੈਗੀਆਂ ਜਿਹੜੇ ਨਸ਼ਾ ਕਰਦੇ ਹੈਗੇ ਆ ਉਹਨਾਂ ਨਾਲ ਵੀ ਜ਼ਿਆਦਾ ਹਾਰਟ ਦੀ ਧੜਕਣ ਹੋ ਜਾਂਦੀ ਆ ਪ੍ਰੈਗਨੈਂਸੀ ਦੇ ਵਿੱਚ ਵੀ ਹਾਰਟ ਦੀ ਧੜਕਣ ਕਿਉਂਕਿ ਉਹਦੇ ਲਈ ਬੱਚੇ ਲਈ ਵੀ ਖੂਨ ਚਾਹੀਦਾ ਹੁੰਦਾ ਤੇ ਮਦਰ ਲਈ ਵੀ ਖੂਨ ਚਾਹੀਦਾ ਹੁੰਦਾ ਤੇ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਤੇ ਉਹਦੇ ਲਈ ਉਹਦੇ ਵਿੱਚ ਵੀ ਸਾਡੀ ਧੜਕਣ ਜਿਹੜੀ ਆ ਉਹ ਵੱਜ ਜਾਂਦੀ ਹੈਗੀ ਆ ਫਿਰ ਜਿਹੜੇ ਕੈਫੀਨ ਦਾ ਜ਼ਿਆਦਾ ਯੂਜ਼ ਕਰਦੇ ਆ ਜ਼ਿਆਦਾ ਚਾਹ ਪੀਂਦੇ ਕਿੰਦੇ ਹੈਗੇ ਆ ਕਾਫੀ ਲੈਂਦੇ ਹੈਗੇ ਆ ਕੈਫੀਨ ਲੈਂਦੇ ਆ ਜਾਂ ਕਈ ਤਬਾਕੂ ਦਾ ਜਿਆਦਾ ਯੂਜ਼ ਕਰਦੇ ਆ ਉਹਦੇ ਨਾਲ ਵੀ ਹਾਰਟ ਦੀ ਜਿਹੜੀ ਧੜਕਣ ਹੈਗੀ ਆ ਉਹ ਜਿਆਦਾ ਹੋ ਜਾਂਦੀ ਆ ਕਈ ਵਾਰੀ ਜਦੋਂ ਐਕਸੈਸੇਬਲ ਕੋਲ ਲੈ ਲੈਂਦੇ ਹੈਗੇ ਆ ਵਿਡਡਰੋਅਲ ਸਿੰਪਟਮ ਵਗੈਰਾ ਹੋ ਜਾਂਦੇ ਆ ਉਹਨਾਂ ਨੂੰ ਵੀ ਹਾਰਟ ਦੀ ਜਿਹੜੀ ਧੜਕਣ ਹੈਗੀ ਆ ਬਹੁਤ ਜਿਆਦਾ ਮਹਿਸੂਸ ਹੁੰਦੀ ਹੈਗੀ ਆ ਅਬਨਾਰਮਲ ਜਿਹੜੀ ਧੜਕਣ ਹੈਗੀ ਆ ਉਹਦੇ ਕਿੰਨੀਆਂ ਟਾਈਪਸ ਹੁੰਦੀਆਂ ਆ ਇਹ ਤਕਰੀਬਨ ਦੋ ਟਾਈਪ ਦੀ ਹੁੰਦੀ ਆ ਇਹ ਇੱਕ ਤਾਂ ਜ਼ਿਆਦਾ ਧੜਕਣ ਹੁੰਦੀ ਆ ਇੱਕ ਮਤਲਬ ਘੱਟ ਧੜਕਣ ਹੁੰਦੀ ਆ ਜਿਹੜੀ ਜ਼ਿਆਦਾ ਧੜਕਣ ਹੁੰਦੀ ਆ ਉਹਨੂੰ ਅਸੀਂ ਫਾਸਟ ਟੈਕੀਕਾਰਡੀਆ ਕਹਿੰਨੇ ਹੈਗੇ ਆ ਤੇ ਰੈਸਟਿੰਗ ਹਾਰਟ ਰੇਟ ਜਿਹੜਾ ਉਹਨਾਂ ਦਾ ਹੈਗਾ ਆ ਉਹ 100 ਤੋਂ ਵੱਧ ਹੁੰਦਾ ਹੈਗਾ ਰੈਸਟਿੰਗ ਹਾਰਟ ਰੇਟ ਇਜ਼ ਗ੍ਰੇਟਰ ਦੈਨ 100 ਬੀਟਸ ਕਿਉਂਕਿ 100 ਦਾਤੀ ਹੋ ਜਾਂਦਾ ਇਹ ਜਿਹੜਾ ਆ ਅਬਨਾਰਮਲ ਹਾਰਟ ਰੇਟ ਹੈਗਾ ਔਰ ਕਈਆਂ ਨੂੰ ਟੈਕੀਕਾਰਡੀਆ 150 ਤੋਂ ਉੱਪਰ ਵੀ ਹੋ ਜਾਂਦਾ ਆ 200 ਤੱਕ ਵੀ ਪਹੁੰਚ ਜਾਂਦਾ ਹੈਗਾ ਬ੍ਰੈਡੀਕਾਰਡੀਆ ਜਿਹੜਾ ਹੈਗਾ ਉਹਨੂੰ ਅਸੀਂ ਸਲੋ ਹਾਰਟ ਬੀਟ ਕਹਿੰਦੇ ਆ ਜਿਹੜੀ ਸਲੋ ਹੋ ਜਾਂਦੀ ਹੈਗੀ ਆ ਇਹ ਰੈਸਟਿੰਗ ਹਾਰਟ ਰੇਟ ਇਹਨਾਂ ਦਾ ਲੈਸ ਦੈਨ 60 ਹੋ ਜਾਂਦਾ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਰੈਸਟਿੰਗ ਹਾਰਟ ਰੇਟ ਜਿਹੜਾ ਐਥਲੀਟਸ ਦੇ ਵਿੱਚ ਹੈ ਉਹ 40 ਤੱਕ ਪਹੁੰਚ ਜਾਂਦਾ 댓 ਇਜ਼ ਨਾਰਮਲ ਜਦੋਂ ਕੋਈ ਹਾਰਟ ਦੀ ਬਿਮਾਰੀ ਹੋਵੇ ਔਰ ਉਸ ਵੇਲੇ ਇਹ ਘਟ ਹੋ ਜਾਏ ਤਾਂ ਫਿਰ ਸਾਨੂੰ ਇਹਦਾ ਫਿਕਰ ਕਰਨ ਦੀ ਲੋੜ ਹੁੰਦੀ ਆ ਔਰ ਇਹਨੂੰ ਅਸੀਂ 60 ਤੋਂ ਥੱਲੇ ਜਿਹੜਾ ਹੋ ਜਾਂਦਾ ਉਹਨੂੰ ਫਿਰ ਅਸੀਂ ਸਮਝਦੇ ਹੈਗਾ ਕਿਉਂਕਿ ਜਿਹੜਾ ਕੋਈ ਐਥਲੀਟ ਨਹੀਂ ਹੈ ਨਾਰਮਲ ਬੰਦਾ ਹੈ ਉਹਦੀ ਧੜਕਣ ਜਿਹੜੀ ਆ 60 ਤੋਂ ਥੱਲੇ ਹੋ ਗਈ ਆ ਤੇ ਉਹਨੂੰ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਹੁੰਦੀ ਆ ਔਰ ਉਹਦੇ ਟੈਸਟ ਕਰਵਾ ਕੇ ਸਾਨੂੰ ECG ਕਰਵਾ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਉਹਦਾ ਕਾਰਨ ਕੀ ਹੈਗਾ ਆ ਫਿਰ ਜਿਹੜਾ ਹਾਰਟ ਦਾ ਇਨਫਲੂਐਂਸ ਕੀ ਹੁੰਦਾ ਹੈਗਾ ਆ ਇਹ ਇਨਫਲੂਐਂਸ ਜਿਹੜਾ ਏਜ ਦਾ ਹੁੰਦਾ ਆ ਕਿਉਂਕਿ ਜਿੱਦਾਂ ਜਿੱਦਾਂ ਏਜ ਸਾਡੀ ਵਧਦੀ ਆ ਉਦਾਂ ਸਾਡਾ ਹਾਰਟ ਰੇਟ ਵੀ ਵਧਦਾ ਹੈਗਾ ਆ ਫਿਟਨੈਸ ਤੇ ਐਕਟੀਵਿਟੀ ਲੈਵਲਸ ਜਿਹੜੇ ਹੈਗੇ ਉਹ ਵੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਕਿ ਜਿਹੜੇ ਐਥਲੀਟਸ ਹੁੰਦੇ ਆ ਉਹਨਾਂ ਦਾ ਹਾਰਟ ਰੇਟ ਘਟ ਜਾਂਦਾ ਹੈ ਰੈਸਟਿੰਗ ਹਾਰਟ ਰੇਟ ਤੇ স্মੋਕਰਸ ਦਾ ਵੱਧ ਜਾਂਦਾ ਹੈਗਾ ਆ ਜਿਹੜੇ ਕਾਰਡੀਓ ਵੈਸਲਰ ਡਿਜ਼ੀਜ਼ ਇਹਨਾਂ ਨੂੰ ਹੈਗੀ ਆ ਹਾਈ ਕੋਲੇਸਟ੍ਰੋਲ ਹੈਗੀ ਆ ਡਾਇਬੀਟਿਸ ਹੈਗੀ ਆ ਉਹਨਾਂ ਦਾ ਵੀ ਹਾਰਟ ਰੇਟ ਵੱਧ ਜਾਂਦਾ ਹੈਗਾ ਜਾਂ ਇਹ 에ਅਰ ਟੈਂਪਰੇਚਰ ਜਿੱਥੇ ਗਰਮੀਆਂ ਦੇ ਵਿੱਚ ਇਹ ਜ਼ਿਆਦਾ ਸਰਦੀਆਂ ਦੇ ਵਿੱਚ ਘੱਟ ਹੋ ਜਾਂਦਾ ਹੈਗਾ ਬਾਡੀ ਪੋਜੀਸ਼ਨ ਵੀ ਸਟੈਂਡਿੰਗ ਅਪ ਤੇ ਲਾਈਂਗ ਡਾਊਨ ਦੇ ਵਿੱਚ ਵੀ ਇਹਦਾ ਫਰਕ ਪੈ ਜਾਂਦਾ ਹੈਗਾ ਇਮੋਸ਼ਨਸ ਜਿਹੜੀਆਂ ਹੈਗੀਆਂ ਉਹ ਵੀ ਸਾਡੇ ਤੇ ਹਾਰਟ ਰੇਟ ਤੇ ਅਫੈਕਟ ਕਰਦੀਆਂ ਜੇ ਕੋਈ ਡਿਪਰੈਸ਼ਨ ਦੇ ਵਿੱਚ ਹੋ ਤਾਂ ਉਹਦਾ ਘਟ ਜਾਂਦਾ ਜੇ ਕੋਈ ਐਂਗਜ਼ਾਈਟੀ ਨਿਊਰੋਸਿਸ ਜ਼ਿਆਦਾ ਹੈਗਾ ਆ ਤਾਂ ਉਹਦਾ ਵੱਧ ਜਾਂਦਾ ਹੈ ਬਾਡੀ ਸਾਈਜ਼ ਦੇ ਵਿੱਚ ਵੀ ਡਿਪੈਂਡ ਕਰਦਾ ਹੈਗਾ ਤੇ ਮੈਡੀਕੇਸ਼ਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਉਹ ਵੀ ਅਫੈਕਟ ਕਰਦੀਆਂ ਆ ਕਿ ਕਿਸ ਤਰ੍ਹਾਂ ਇਹ ਹਾਰਟ ਰੇਟ ਜਿਹੜਾ ਹੈਗਾ ਆ ਉਹ ਵੱਧਦਾ ਘਟਦਾ ਹੈਗਾ ਆ ਫਾਸਟ ਹਾਰਟ ਬੀਟ ਦੀ ਗੱਲ ਕਰੀਏ ਤੇ ਜਿਹੜੀ ਪੈਥੋਲੋਜੀਕਲ ਹੈ ਜਿਹੜਾ ਤਾਂ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਨਾਰਮਲੀ ਜਦੋਂ ਐਂਗਜ਼ਾਈਟੀ ਵਗੈਰਾ ਐਕਸਰਸਾਈਜ਼ ਕਰਦੇ ਆ ਜਾਂ ਉਹਦੇ ਵਿੱਚ ਵੱਜ ਜਾਂਦਾ ਹੈ ਪਰ ਜਦੋਂ ਪੈਥੋਲੋਜੀਕਲ ਜਿਹੜਾ ਬਿਮਾਰੀ ਦੇ ਨਾਲ ਹੈ ਇੱਕ ਤਾਂ ਏਟਰੀਅਲ ਫਿਬ੍ਰਿਲੇਸ਼ਨ ਹੈ ਏਟਰੀਅਲ ਫਿਬ੍ਰਿਲੇਸ਼ਨ ਸਾਡੀ ਈਸੀਜੀ ਜਦੋਂ ਅਸੀਂ ਕਰਾਉਨੇ ਆ ਤੇ ਡਾਕਟਰ ਨੇ ਕਈ ਵਾਰੀ ਤੁਹਾਨੂੰ ਕਿਹਾ ਹੋਵੇਗਾ ਕਿ ਏਟਰੀਅਲ ਫਿਬ੍ਰਿਲੇਸ਼ਨ ਹੈ ਐਟਰੀਅਲ ਫਿਬ੍ਰਿਲੇਸ਼ਨ ਦਾ ਮਤਲਬ ਆ ਕਿ ਜਿਹੜਾ ਹਾਰਟ ਆ ਉਹ ਮਤਲਬ ਇਰੈਗੂਲਰਲੀ ਰੈਗੂਲਰ ਨਹੀਂ ਹੁੰਦਾ ਇਰੈਗੂਲਰਲੀ ਰੈਗੂਲਰ ਹੁੰਦਾ ਹੈਗਾ ਆ ਉਹ ਮਤਲਬ ਬੀਟ ਕਰਦਾ ਆ ਉਹਦੀ ਕੋਈ ਰਿਦਮ ਨਹੀਂ ਹੁੰਦੀ ਔਰ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਹਾਰਟ ਹੈਗਾ ਆ ਉਹ ਰਿੜਕੀ ਜਾਂਦਾ ਆ ਔਰ ਰਿੜਕਣ ਦੇ ਨਾਲ ਕਈ ਵਾਰੀ ਉਹਦੇ ਵਿੱਚ ਕਲੌਟ ਬਣ ਜਾਂਦਾ ਆ ਹਾਰਟ ਦੇ ਚੈਂਬਰ ਦੇ ਵਿੱਚ ਔਰ ਚੈਂਬਰ ਉਹ ਜਦੋਂ ਉਹ ਕਲੌਟ ਜਿਹੜਾ ਹੈ ਦਿਮਾਗ ਦੇ ਵਿੱਚ ਚਲ ਜਾਂਦਾ ਆ ਤੇ ਉਹਦੇ ਨਾਲ ਸਟ੍ਰੋਕ ਜਿਹੜਾ ਆ ਉਹ ਕਈ ਵਾਰੀ ਏਟਰੀਅਲ ਫਿਬ੍ਰਿਲੇਸ਼ਨ ਕਰਕੇ ਹੁੰਦਾ ਹੈਗਾ ਆ एट्रियल फ्लटर ਵੀ ਇੱਕ ਮਤਲਬ ਜਿੱਦਾਂ ਫੜਕਦਾ ਹੁੰਦਾ ਹਾਰਟ ਫੜਕਦਾ ਹੁੰਦਾ ਇਹ ਵੀ ਇੱਕ ਅਬਨਾਰਮਲ ਰਿਦਮ ਹੈਗੀ ਆ ਪਰ ਇਹ ਇਹਦਾ ਜਿਹੜਾ ਇਹ ਰੈਗੂਲਰਲੀ ਰੈਗੂਲਰ ਹੈਗਾ ਆ ਔਰ ਇਹ ਮੋਰ ਆਰਗੇਨਾਈਜ਼ਡ ਹੈਗਾ ਆ ਪਰ ਇਹ ਵੀ ਇੱਕ ਤਕਲੀਫ ਹੈਗੀ ਆ ਜਿਹੜੀ ਕਿ ECG ਦੇ ਵਿੱਚ ਅਸੀਂ ਦੇਖ ਸਕਦੇ ਹੈਗੇ ਆ ਇੱਕ ਹੈ ਸੁਪਰਾ ਵੈਂਟ੍ਰਿਕਲ ਟੈਕੀਕਾਰਡੀਆ ਜਿਹੜਾ ਕਿ ਇੱਕਦਮ ਹੋ ਜਾਂਦਾ ਆ ਔਰ ਇਕਦਮ ਹਟ ਵੀ ਜਾਂਦਾ ਹੈਗਾ ਆ ਇਹ 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 ਵੈਸੇ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਕਈਆਂ ਨੂੰ ਇਕਦਮ ਹੀ ਅਚਨਚੇ ਤੀ ਮਤਲਬ ਇਹ ਸੁਪਰਾ ਵੈਂਟ੍ਰਿਕੂਲਰ ਟੈਕੀਕਾਰਡੀਆ ਹੋ ਜਾਂਦਾ ਇਹ ਸਿਰਫ ਇਹਦੇ ਵਿੱਚ ਇਹ ਆ ਕਿ ਜਦੋਂ ਇਹ ਹੋ ਜਾਂਦਾ ਤੇ ਆਦਮੀ ਬੜਾ ਘਬਰਾ ਜਾਂਦਾ ਆ ਔਰ ਉਹਨੂੰ ਫਿਰ ਸਮਝ ਆਇਆ ਕਿ ਕੁਝ ਦਿਲ ਨੂੰ ਹੋਣ ਲੱਗਾ ਔਰ ਇਸ ਤਰ੍ਹਾਂ ਦੇ ਨਾਲ ਇਹ ਮਤਲਬ ਬਹੁਤ ਇਹਦੀ ਵੈਸੇ ਕੋਈ ਮਤਲਬ ਖਤਰਾ ਨਹੀਂ ਹੁੰਦਾ ਪਰ ਇਹ ਦਿਮਾਗ ਦੇ ਵਿੱਚ ਪਰੇਸ਼ਾਨੀ ਜਰੂਰ ਬਹੁਤ ਕਰਦਾ ਹੈ ਸਾਡੇ ਦੋਸਤ ਆਪਣੇ ਸ਼ੇਰਗਿਲ ਸਾਹਿਬ ਨੂੰ ਇਹ ਕਦੀ ਕਦੀ ਹੋ ਜਾਂਦਾ ਔਰ ਉਹਨਾਂ ਨੂੰ ਫਿਰ ਕਈ ਜਿਹੜੇ ਪ੍ਰੋਸੀਜਰਸ ਹੈਗੇ ਆ ਜਿਸ ਤਰ੍ਹਾਂ ਕਿ ਅੱਖਾਂ ਦੇ ਉੱਤੇ ਦਬਾ ਕੇ ਕਈ ਵਾਰੀ ਗਲੇ ਦੇ ਵਿੱਚ ਅਸੀਂ ਇੱਕ ਕੈਨਟਰੋਡ ਸਾਇਨਸ ਨੂੰ ਦਬਾ ਕੇ ਔਰ ਕਈ ਤਰ੍ਹਾਂ ਦੀਆਂ ਇਹ ਸੁਪਰਾ ਵੈਂਟਿਕੂਲਰ ਟੈਕੀਕਾਰਡੀਆ ਜਿਹੜਾ ਹੈ ਇਹ ਉਹ ਪ੍ਰੋਬਲਮ ਹੈਗੀ ਆ ਕਈ ਵਾਰੀ ਅਸੀਂ ਉਂਗਲੀ ਫੇਰ ਕੇ ਮੂੰਹ ਦੇ ਵਿੱਚ ਕਿਉਂਕਿ ਵੇਗਸ ਨਰਵ ਨੂੰ ਫਿਰ ਅਸੀਂ ਸਟੀਮੂਲੇਟ ਕਰਦੇ ਆ ਔਰ ਉਹਦੇ ਨਾਲ ਫਿਰ ਅਸੀਂ ਇਹ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਕਈ ਵਾਰੀ ਇਹ ਆਪਣੇ ਆਪ ਵੀ ਠੀਕ ਹੋ ਜਾਂਦਾ ਤੇ ਸ਼ੁਰੂ ਵੀ ਆਪਣੇ ਆਪ ਹੀ ਹੋ ਜਾਂਦਾ ਔਰ ਖਤਮ ਵੀ ਆਪਣੇ ਆਪ ਕਈ ਵਾਰੀ ਆਪਣੇ ਆਪ ਹੋ ਜਾਂਦਾ ਹੈਗਾ ਇਹਦੀ ਫਿਕਰ ਕਰਨ ਵਾਲੀ ਲੋੜ ਨਹੀਂ ਹੈ ਵੈਂਟ੍ਰਿਕਲ ਫਿਬ੍ਰਿਲੇਸ਼ਨ ਜਿਹੜੀ ਹੈ ਇਹ ਬਹੁਤ ਜ਼ਿਆਦਾ ਨੁਕਸਾਨਦੇ ਹੁੰਦੀ ਆ ਔਰ ਜੇ 2-4 ਮਿੰਟ ਦੇ ਵਿੱਚ ਇਹਦਾ ਇਲਾਜ ਨਾ ਹੋਵੇ ਤਾਂ ਇਹ ਮਤਲਬ ਬਹੁਤ ਫੈਟਲ ਹੋ ਜਾਂਦੀ ਹੈਗੀ ਆ ਸੀਰੀਅਸ ਡਿਜ਼ੀਜ਼ ਹੈਗੀ ਆ ਇਹਦੇ ਵਿੱਚ ਜਿੱਦਾਂ ਏਟਰੀਅਲ ਫਿਬ੍ਰਿਲੇਸ਼ਨ ਵੀ ਇਰੈਗੂਲਰਲੀ ਰੈਗੂਲਰ ਹੋ ਜਾਂਦੀ ਆ ਵੈਂਟ੍ਰਿਕਲ ਫਿਬ੍ਰਿਲੇਸ਼ਨ ਵੀ ਜਿਹੜੀ ਜਿਹੜੀ ਮਤਲਬ वेंट्रिकल ਦੇ ਵਿੱਚੋਂ ਫਿਬ੍ਰਿਲੇਸ਼ਨ ਨਿਕਲੀ ਹੈ ਵੈਂਟ੍ਰਿਕਲ ਦੇ ਵਿੱਚੋਂ ਪੇਸਮੇਕਰ ਬਣ ਕੇ ਮਤਲਬ ਹੋਇਆ ਹੈਗਾ ਰਿਦਮ ਨਿਕਲੀ ਹੈ ਉਹ ਜ਼ਿਆਦਾ ਨੁਕਸਾਨਦੇਹ ਹੁੰਦੀ ਹੈਗੀ ਆ ਕਿਉਂਕਿ ਉਹਦੇ ਨਾਲ ਤਾਂ ਫਿਰ ਜਿਹੜਾ ਬਿਲਕੁਲ ਵੀ ਖੂਨ ਜਿਹੜਾ ਹੈ ਦਿਮਾਗ ਨੂੰ ਬਿਲਕੁਲ ਨਹੀਂ ਜਾਏਗਾ ਔਰ ਉਹਦੇ ਨਾਲ ਜ਼ਿਆਦਾ ਨੁਕਸਾਨ ਹੋ ਜਾਂਦਾ ਕਈ ਵਾਰੀ ਵੈਂਟ੍ਰਿਕੂਲਰ ਟੈਕਿਕਾਰਡੀਆ ਹੋ ਜਾਂਦਾ ਹੈਗਾ ਆ ਵੈਂਟ੍ਰਿਕੂਲ ਟੈਕਿਕਾਰਡੀਆ ਦੇ ਨਾਲ ਵੀ ਜਿਹੜਾ ਫਿਲਿੰਗ ਡਿਫੈਕਟ ਹੈਗਾ ਕਿਉਂਕਿ ਪੂਰੀ ਤਰ੍ਹਾਂ ਹਾਰਟ ਨੇ ਫਿਲ ਨਹੀਂ ਕਰਨਾ ਔਰ ਪੂਰੀ ਤਰ੍ਹਾਂ ਉਹਨੇ ਅੱਗੇ ਬਲੱਡ ਨਹੀਂ ਦੇਣਾ ਇਸ ਲਈ ਇਹ ਉਹ ਤਾਂ ਇਹ ਸੀਰੀਅਸ ਨਹੀਂ ਹੋ ਸਕਦਾ ਪਰ ਇੱਕ ਮੈਡੀਕਲ ਐਮਰਜੈਂਸੀ ਜ਼ਰੂਰ ਬਣ ਜਾਂਦਾ ਹੈਗਾ ਜਿਹਦੀ ਕਿ ਇਮੀਡੀਏਟ ਟ੍ਰੀਟਮੈਂਟ ਵੈਂਟ੍ਰਿਕੂਲਰ ਟੈਕਿਕਾਰਡੀਆ ਦੀ ਵੀ ਹੋਣੀ ਚਾਹੀਦੀ ਹੈਗੀ ਆ ਇਹ ਇਹ ਸਿਰਫ ਤੁਹਾਨੂੰ ਦੱਸਣ ਦੇ ਲਈ ਹੈਗਾ ਬਾਕੀ ਤਾਂ ਇਹ ਡਾਕਟਰਾਂ ਤੇ ਡਿਪੈਂਡ ਕਰਦਾ ਆ ਕਿ ਉਹਨਾਂ ਨੇ ਇਹਨਾਂ ਨੂੰ ਕਿਦਾਂ ਟੀਟ ਕਰਨਾ ਹੈਗਾ ਆ ਫਿਰ ਸਲੋ ਹਾਰਟ ਬੀਟਸ ਜਿਹੜੀਆਂ ਹੈ ਉਹ ਕਿਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਐਸੇ ਨੋਡ ਦਿੱਤਾ ਸੀ ਕਿ ਜਦੋਂ ਉਹ ਜਿਹੜੀ ਬੈਟਰੀ ਹੈਗੀ ਆ ਪੇਸਮੇਕਰ ਜਿਹਨੂੰ ਅਸੀਂ ਕਹਿੰਨੇ ਹੈਗੇ ਆ ਉਹ ਰਿਸਪੌਂਸੀਬਲ ਹੁੰਦੀ ਹੈਗੀ ਆ ਕਿਸ ਤਰ੍ਹਾਂ ਅਸੀਂ ਪੇਸ ਪੇਸ ਸੈੱਟ ਕਰਨੀ ਹਾਰਟ ਦੀ ਜੇ ਜਦੋਂ ਇਹ ਪ੍ਰੋਪਰਲੀ ਕੰਮ ਨਹੀਂ ਕਰਦੀ ਤੇ ਹਾਰਟ ਰੇਟ ਜਿਹੜਾ ਹੈਗਾ ਆ ਉਹ ਜਿਆਦਾ ਸਲੋ ਹੋ ਜਾਂਦਾ ਜਿਹਨੂੰ ਅਸੀਂ ਬਰੇਡੀਕਾਰਡੀਆ ਕਹਿੰਦੇ ਆ ਤੇ ਕਈ ਵਾਰੀ ਟੂ ਫਾਸਟ ਹੋ ਜਾਂਦਾ ਉਹਨੂੰ ਟੈਕੀਕਾਰਡੀਆ ਕਹਿ ਦਿੰਦੇ ਹੈਗੇ ਆ ਤੇ ਇਹਨੂੰ ਅਸੀਂ ਸਿਕ ਸਾਈਨਸ ਸਿੰਡਰੋਮ ਕਹਿੰਦੇ ਆ ਕਿ ਇਹ ਜਿਹੜਾ ਪੇਸਮੇਕਰ ਹੈਗਾ ਆ ਉਹ ਸਿਕ ਹੋ ਗਿਆ ਹੈ ਉਹਦੇ ਵਿੱਚ ਖੂਨ ਦੀ ਜਿਆਦਾ ਕਮੀ ਹੋ ਗਈ ਆ ਜਾਂ ਖੂਨ ਉਹਨੂੰ ਪ੍ਰੋਪਰਲੀ ਮਿਲ ਨਹੀਂ ਰਿਹਾ ਜਾਂ ਉਹਦੇ ਵਿੱਚ ਨੁਕਸ ਪੈ ਗਿਆ ਉਸ ਬੈਟਰੀ ਦੇ ਵਿੱਚ ਇਹ ਸਕਾਰਿੰਗ ਜਦੋਂ ਕਿਤੇ ਇਹ ਸਾਈਨਸ ਨੋਡ ਦੇ ਵਿੱਚ ਸਕਾਰਿੰਗ ਵਗੈਰਾ ਹੋ ਜਾਂਦੀ ਆ ਕੋਈ ਇਨਫਲੇਮੇਸ਼ਨ ਹੋ ਜਾਂਦੀ ਆ ਉਹਦੇ ਨਾਲ ਵੀ ਇਹ ਡਿਸਟਰਪਟ ਹੋ ਜਾਂਦਾ ਹੈਗਾ ਆ ਤੇ ਜਿਹੜੀ ਇੰਪ পালਸ ਹੈਗੀ ਆ ਜਿਹੜੀ ਉਹ ਕਰੰਟ ਹੈਗਾ ਆ ਉਹ ਉਹ ਉਹਦੇ ਵਿੱਚ ਰੁਕਾਵਟ ਆ ਜਾਂਦੀ ਹੈਗੀ ਆ ਸਿਕ ਸਾਈਨਸ ਸਿੰਡਰੋਮ ਤੇ ਮੋਸਟ ਕਾਮਨ ਹੈਗਾ ਜਿਹੜੇ 올ਡਰ ਪੀਪਲ ਹੈਗੇ ਆ ਕਿਉਂਕਿ ਏਜ ਦੇ ਨਾਲ ਕਈ ਕਈਆਂ ਪੇਸ਼ੈਂਟਸ ਦੇ ਵਿਚ ਇਸ ਹਾਰਟ ਦੇ ਵਿੱਚ ਸਕਾਰਿੰਗ ਵਗੈਰਾ ਹੋ ਜਾਂਦੀ ਆ ਤੇ ਜਿਹੜੇ ਸੈਲਸ ਹੈਗੇ ਆ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਹੁੰਦੇ ਕਈ ਵਾਰੀ ਕੰਡਕਸ਼ਨ ਬਲਾਕਸ ਜਿਹੜੇ ਹੋ ਜਾਂਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਐਟਰੀਆ ਤੋਂ ਲੈ ਕੇ ਵੈਂਟਰੀਕਲ ਤੱਕ ਜਿਹੜੀਆਂ ਹੈਗੀਆਂ ਪ੍ਰਕਿੰਜੀ ਫਾਈਬਰ ਹੈ ਤੇ ਬੰਡਲ ਹੈਗੇ ਆ ਉਹਨਾਂ ਦੇ ਵਿੱਚ ਜੇ ਕਿਤੇ ਬਲੌਕ ਆ ਜਾਏ ਉਹਨਾਂ ਦੇ ਵਿੱਚ ਕੋਈ ਰੁਕਾਵਟ ਆ ਜਾਏ ਤੇ ਉਹਦੇ ਨਾਲ ਵੀ ਜਿਹੜੇ ਹਾਰਟ ਦੀ ਰਿਦਮ ਹੈਗੀ ਆ ਉਹ ਘਟ ਜਾਂਦੀ ਆ ਔਰ ਉਹਦੇ ਨਾਲ ਫਿਰ ਜਿਹੜਾ ਬਲੌਕੇਜ ਦੇ ਨਾਲ ਕਈ ਵਾਰੀ ਇੱਕ ਪਾਸੇ ਦੀ ਘਟ ਜਾਂਦੀ ਆ ਕਈ ਵਾਰੀ ਦੂਸਰੇ ਪਾਸੇ ਦੀ ਉਹਨੂੰ ਰਾਈਟ ਬੰਡਲ ਬ੍ਰਾਂਚ ਬਲੌਕ ਕਹਿੰਦੇ ਆ ਜਾਂ ਦੂਸਰੇ ਨੂੰ ਲੈਫਟ ਬੰਡਲ ਬ੍ਰਾਂਚ ਕਹਿੰਦੇ ਆ ਇਹ ਬਲੌਕ ਜਿਹੜੇ ਹੈਗੇ ਆ ਇਹ ਵੀ ਵੈਸੇ ਤਾਂ ਬਹੁਤੀ ਤਕਲੀਫ ਨਹੀਂ ਦਿੰਦੇ ਪਰ ਇਹ ਪੈਥੋਲੋਜੀਕਲ ਹੁੰਦੇ ਆ ਔਰ ਇਹਨਾਂ ਦਾ ਵੀ ਇਲਾਜ ਕਰਾਉਣਾ ਇਹ ਇਲਾਜ ਇਸ ਤਰ੍ਹਾਂ ਕਰਾਉਣਾ ਹੁੰਦਾ ਹੈ ਕਿ ਇਹ ਇਹਦਾ ਕਾਰਨ ਜਿਹੜਾ ਆ ਉਹ ਜਰੂਰ ਸਾਨੂੰ ਲੱਭਣਾ ਪੈਂਦਾ ਹੈਗਾ ਫਿਰ ਪ੍ਰੀਮਚੂਰ ਬੀਟਸ ਹੈਗੀਆਂ ਜਿਸ ਤਰ੍ਹਾਂ ਤੁਹਾਡੇ ਪਲਸ ਦੇ ਵਿੱਚ ਮਤਲਬ ਬੀਟ ਚੱਲ ਰਹੀ ਹੈਗੀ ਆ ਫਿਰ ਰੁਕ ਜਾਂਦੀ ਆ ਫਿਰ ਦੋ ਤਿੰਨ ਬੀਟ ਨਾਰਮਲ ਆ ਗਈਆਂ ਫਿਰ ਬੀਟ ਨਹੀਂ ਆਈ ਫਿਰ ਚੱਲਦੀ ਆ ਫਿਰ ਨਹੀਂ ਆਈ ਇਸ ਤਰ੍ਹਾਂ ਦੀ ਜਿਹੜੀ ਬੀਟ ਸੁਣਦੀਆਂ ਉਹਨਾਂ ਨੂੰ ਅਸੀਂ ਪ੍ਰੀਮਚੂਰ ਬੀਟ ਕਹਿੰਦੇ ਹੈਗੀਆਂ ਐਕਸਟਰਾ ਬੀਟਸ ਹੁੰਦੀਆਂ ਕਈ ਤੇ ਉਹਦੇ ਨਾਲ ਫਿਰ ਪੇਸ਼ੈਂਟ ਜਿਹੜਾ ਆਲਟਰਨੇਟ ਨਾਰਮਲ ਹਾਰਟ ਬੀਟ ਆਉਂਦੀ ਆ ਤਾਂ ਫਿਰ ਇਸ ਤਰ੍ਹਾਂ ਦੀਆਂ ਬੀਟਸ ਆ ਜਾਂਦੀਆਂ ਹੈਗੀਆਂ ਐਕਸਟਰਾ ਬੀਟਸ ਜਿਹੜੀਆਂ ਆ ਇਹ ਉਹ ਏਟਰੀਆ ਦੇ ਵਿੱਚ ਉੱਪਰਲੇ ਚੈਂਬਰ ਦੇ ਵਿੱਚ ਵੀ ਆ ਜਾਂਦੀਆਂ ਤੇ ਬਾਟਮ ਚੈਂਬਰ ਦੇ ਵਿੱਚੋਂ ਵੀ ਸ਼ੁਰੂ ਹੋ ਜਾਂਦੀਆਂ ਹੈਗੀਆਂ ਕਈ ਵਾਰੀ ਹਾਰਟ ਦੀ ਬੀਟ ਸਕਿਪ ਹੋ ਜਾਂਦੀ ਹੈਗੀ ਆ ਕਿ ਕੋਈ ਬੀਟ ਆਉਣੀ ਸੀ ਆਈ ਨਹੀਂ ਹੈ ਇਹ ਤੁਸੀਂ ਆਪਣੀ ਪਲਸ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਆ ਕਿ ਕਿਸ ਤਰ੍ਹਾਂ ਦੀ ਹੈ ਬੀਟ ਹੈਗੀ ਆ ਤੁਹਾਡੇ ਤਾਂ ਨਹੀਂ ਕੋਈ ਅਸੀਂ ਨਾਰਮਲੀ ਜੇ ਮਤਲਬ 6-7 ਬੀਟਸ ਇੱਕ ਮਿੰਟ ਦੇ ਵਿੱਚ ਬੀਟ ਸਕਿਪ ਕਰਦੇ ਆ ਤਾਂ ਉਹਨੂੰ ਅਸੀਂ ਨਾਰਮਲ ਸਮਝਦੇ ਆ ਕਿ ਕੋਈ ਐਸੀ ਫਰਕ ਨਹੀਂ ਹੈਗਾ ਪਰ ਜੇ ਬੀਟਸ ਜ਼ਿਆਦਾ ਹੋਣ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਹਾਰਟ ਦੀ ਕੋਈ ਪ੍ਰੋਬਲਮ ਹੋ ਸਕਦੀ ਹੈਗੀ ਆ ਤੇ ਕਨਸਰਨ ਨਹੀਂ ਹੁੰਦਾ ਪਰ ਇਹਦਾ ਇਹ ਵੀ ਨਹੀਂ ਹੈ ਕਿ ਇਹਦੀ ਕਿ ਤੂੰ ਸਾਨੂੰ ਬਹੁਤ ਜ਼ਿਆਦਾ ਕੋਈ ਸੀਰੀਅਸ ਕੰਡੀਸ਼ਨ ਹੈਗੀ ਆ ਤੇ ਦੇ ਇਹ ਕਈ ਵਾਰੀ ਥੋੜੀਆਂ ਹੁੰਦੀਆਂ ਪਹਿਲਾਂ ਫਿਰ ਜ਼ਿਆਦਾ ਹੋ ਸਕਦੀਆਂ ਆ ਤੇ ਉਹਦੇ ਨਾਲ ਫਿਰ ਰਿਦਮੀਆਂ ਜਿਹੜੇ ਆ ਉਹ ਹੋਣ ਦਾ ਖਤਰਾ ਵੀ ਰਹਿੰਦਾ ਹੈਗਾ ਆ ਤੇ ਕਈ ਵਾਰ ਇਹ ਸਾਲਾਂ ਬੱਧੀ ਜਿਹੜੇ ਹੈਗੇ ਆ ਉਹ ਚਲਦੀਆਂ ਰਹਿੰਦੀਆਂ ਆ ਤੇ ਕਈ ਵਾਰੀ ਜਿਹੜਾ ਹਾਰਟ ਹੈਗਾ ਉਹ ਵੀਕ ਹੋ ਜਾਂਦਾ ਇਹਨਾਂ ਦੇ ਨਾਲ ਤੇ ਕਈ ਵਾਰੀ ਜਦੋਂ ਤੁਸੀਂ ਰੈਸਟ ਕਰਦੇ ਹੁੰਦੇ ਆ ਉਦੋਂ ਵੀ ਤੁਸੀਂ ਮਹਿਸੂਸ ਕਰਦੇ ਆ ਜੇ ਤੁਸੀਂ ਆਪਣੀ ਪਲਸ ਨੂੰ ਦੇਖੋ ਤੇ ਪਲਸ ਦੇ ਵਿੱਚ ਤੁਹਾਡੇ ਕਈ ਵਾਰੀ ਬੀਟ ਜਿਹੜੀ ਆ ਉਹ ਮਿਸ ਕਰਦੀ ਹੁੰਦੀ ਹੈਗੀ ਆ ਤੇ ਕਈ ਵਾਰੀ ਇਹ ਸਟ੍ਰੈਸ ਜੇ ਤੁਹਾਡੇ ਦਿਮਾਗ ਦੇ ਉੱਤੇ ਜ਼ਿਆਦਾ ਹੈਗਾ ਆ ਜਾਂ ਤੁਸੀਂ ਐਕਸਰਸਾਈਜ਼ ਬਹੁਤ ਤੇਜ਼ੀ ਦੇ ਨਾਲ ਕਰ ਲਈ ਹੈਗੀ ਆ ਜਾਂ ਜਾਂ ਕਈ ਸਟੀਮੂਲੈਂਸ ਜਿਦਾ ਕੈਫੀਨ ਹੈਗੀ ਆ ਜਾਂ ਤੁਸੀਂ ਕੋ ਆਪਣੀ ਜਿਸ ਤਰ੍ਹਾਂ ਕਾਫੀ ਵਗੈਰਾ ਹੈਗੀ ਆ ਜਾਂ ਇਸ ਤਰ੍ਹਾਂ ਦੇ ਹੋਰ ਸਟੀਮੂਲੈਂਟਸ ਹੈਗੇ ਆ ਜਾਂ ਡਾਈਟ ਕੋਲਾ ਵਗੈਰਾ ਹੈਗਾ ਕੈਫੀਨ ਤੇ ਨਿਕੋਟਿਨ ਹੈਗੀ ਆ ਜੇ ਇਹਨਾਂ ਦਾ ਇਸਤੇਮਾਲ ਕਰਦੇ ਹੈਗੇ ਆ ਤਾਂ ਤੁਹਾਨੂੰ ਇਹ ਜਿਹੜੀਆਂ ਬੀਟਸ ਹੈਗੀਆਂ ਕਈ ਵਾਰੀ ਮਤਲਬ ਮਿਸਡੀਟ ਬੀਟਸ ਜਿਹੜੀਆਂ ਉਹ ਮਿਲਣਗੀਆਂ ਫਿਰ ਸਿੰਪਟਮਸ ਕੀ ਹੁੰਦੇ ਆ ਰਿਦਮੀਆਂ ਦੇ ਜਦੋਂ ਇਹ ਬੀਟ ਜਿਹੜੀ ਆ ਪ੍ਰੋਪਰ ਨਹੀਂ ਹੁੰਦੀ ਤਾਂ ਸਿੰਪਟਮਸ ਕੀ ਹੁੰਦੇ ਆ ਇੱਕ ਵੈਸੇ ਤਾਂ ਕੋਈ ਇਹਦਾ ਜਿਸ ਤਰ੍ਹਾਂ ਮੈਂ ਦੱਸਿਆ ਆ ਕਿ ਕੋਈ ਸਿੰਪਟਮ ਨਹੀਂ ਵੀ ਹੋ ਸਕਦਾ ਕੋਈ ਤਕਲੀਫ ਵੀ ਨਹੀਂ ਹੋ ਸਕਦੀ ਤੇ ਕਈ ਵਾਰੀ ਡਾਕਟਰ ਜਿਹੜੇ ਆ ਰੈਗੂਲਰ ਬੀਟ ਦੇਖਦੇ ਆ ਕਿ ਤੁਹਾਡੇ ਬੀਟ ਜਿਹੜੀ ਹੈਗੀ ਆ ਰਿਦਮ ਹੈਗੀ ਆ ਉਹ ਰੈਗੂਲਰ ਹੈ ਤੇ ਕੋਈ ਕਿਸੇ ਹੋਰ ਰੀਜ਼ਨ ਦੇ ਲਈ ਤੁਸੀਂ ਡਾਕਟਰ ਦੇ ਪਾਸ ਗਏ ਆ ਜਦੋਂ ਤੁਹਾਡੀ ਪਲਸ ਦੇਖਦਾ ਆ ਤਾਂ ਤੁਸੀਂ ਪਲਸ ਨੂੰ ਸਮਝਦਾ ਆ ਕਿ ਉਹਦੇ ਵਿੱਚ ਨੁਕਸ ਹੈਗਾ ਆ ਤੇ ਜਨਰਲ ਸਾਇੰਸ ਐਂਡ ਸਿੰਪਟਮ ਜਿਹੜੇ ਰਿਦਮੀਆਂ ਦੇ ਆ ਉਹ ਹੋ ਸਕਦੇ ਆ ਕਿ ਚੈਸਟ ਦੇ ਵਿੱਚ ਫਲਟਰਿੰਗ ਜਿੱਦਾਂ ਹੁੰਦੀ ਆ ਤੜ ਮਤਲਬ ਫੜਫੜਾਣਾ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਕਈ ਵਾਰੀ ਹਾਰਟ ਜਿਹੜਾ ਆ ਉਹ ਬਹੁਤ ਰੇਸਿੰਗ ਟਾਈਪ ਦੇ ਨਾਲ ਟੈਕੀਕਾਰਡੀਆ ਜਦੋਂ ਹੁੰਦਾ ਹੈਗਾ ਜਾਂ ਬਹੁਤ ਸਲੋ ਹੁੰਦਾ ਟਪ ਟਪ ਡੱਪ ਇਸ ਤਰ੍ਹਾਂ ਹੁੰਦਾ ਹੈ ਨਾਰਮਲ ਹਾਰਟ ਕਿਸ ਤਰ੍ਹਾਂ ਹੁੰਦਾ ਤੇ ਕਈ ਵਾਰੀ ਜ਼ਿਆਦਾ ਹੋ ਜਾਂਦਾ ਇਹ ਟੈਕੀਕਾਰਡੀਆ ਹੋ ਜਾਂਦਾ ਇਦੇ ਨਾਲ ਚੈਸਟ ਦੇ ਵਿੱਚ ਪੇਨ ਵੀ ਹੋ ਸਕਦਾ ਆ ਕਈ ਵਾਰੀ ਸ਼ਾਰਟਨੈਸ ਆ ਬ੍ਰੈਥ ਜਾਂ ਮਤਲਬ ਸਾਹ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈਗੀ ਆ ਤੇ ਐਂਗਜ਼ਾਈਟੀ ਫਟੀਗ ਇਹ ਇਹਨਾਂ ਦੇ ਨਾਲ ਤੁਹਾਨੂੰ ਹੋ ਸਕਦੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਸੁਪਰਾ ਵੈਂਟ੍ਰਿਕੂਲਰ ਟੈਕਿਕਾਰਡੀਆ ਵੈਸੇ ਤਾਂ ਉਹਦਾ ਨੁਕਸਾਨ ਨਹੀਂ ਹੈ ਪਰ ਉਹਦੇ ਨਾਲ ਫਿਕਰ ਜ਼ਰੂਰ ਹੋ ਜਾਂਦਾ ਵੇ ਪਤਾ ਨਹੀਂ ਕੀ ਹੋ ਗਿਆ ਹੈ ਕਈ ਵਾਰੀ ਜ਼ਿਆਦਾ ਦੇਰ ਚੱਲੇ ਤਾਂ ਫਟੀਗ ਵੀ ਹੋ ਜਾਂਦੀ ਹੈਗੀ ਆ ਤੇ ਫੇਰ ਕਈ ਵਾਰੀ ਦਿਮਾਗ ਜਿਹੜਾ ਆ ਉਹ ਹਲਕਾ ਹੋ ਜਾਂਦਾ ਹੈ ਡਿਜੀਨੈਸ ਕਈ ਵਾਰੀ ਚੱਕਰ ਵੀ ਆ ਸਕਦੇ ਹੈਗੇ ਆ ਕਈ ਵਾਰੀ ਜ਼ਿਆਦਾ ਕਬਰਾਟ ਕਰਕੇ ਸਵੇਟਿੰਗ ਵੀ ਹੋ ਜਾਂਦੀ ਹੈਗੀ ਆ ਤਾਂ ਕਈ ਵਾਰੀ ਫੇਨਟਿੰਗ ਵੀ ਹੋ ਜਾਂਦੀ ਆ ਫੇਨਟਿੰਗ ਦੇ ਨਾਲ ਆਦਮੀ ਏ ਗਿਰ ਵੀ ਸਕਦਾ ਹੈਗਾ ਆ ਸਿੰਕੋਪੀ ਸਿੰਕੋਪੀ ਹੋ ਜਾਂਦੀ ਹੈਗੀ ਆ ਤੇ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਆ ਉਹ ਹੋ ਸਕਦੇ ਹੈਗੇ ਆ ਡਾਇਗਨੋਸਿਸ ਕਿਦਾਂ ਅਸੀਂ ਕਰਦੇ ਹੈਗੇ ਆ ਡਾਕਟਰ ਜਿਹੜੇ ਹੈਗੇ ਆ ਆਸਕ ਮਰੀਜ਼ ਨੂੰ ਕੁਐਸਚਨ ਕਰਦੇ ਉਹਦੀ ਮੈਡੀਕਲ ਹਿਸਟਰੀ ਲੈਂਦੇ ਜਾਵੇ ਤੋਂ ਇਹਨੂੰ ਧੜਕਣ ਵਗੈਰਾ ਤਾਂ ਨਹੀਂ ਹੈ ਜਾਂ ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਕਦੇ ਦਿਲ ਦੀ ਧੜਕਣ ਦੇ ਵਿੱਚ ਤੁਹਾਨੂੰ ਮਿਸਬੀਟ ਮਿਸਡ ਬੀਟ ਜਿਹੜੀ ਹੈਗੀ ਆ ਉਹ ਮਹਿਸੂਸ ਹੋਈ ਆ ਫਿਰ ਟੈਸਟ ਜਿਹੜੇ ਹੈਗੇ ਆ ਕਨਫਰਮ ਕਰਨ ਲਈ ਅਸੀਂ ਕਰਦੇ ਹੈਗੇ ਆ ਹਾਰਟ ਡਿਜ਼ੀਜ਼ ਤਾਂ ਨਹੀਂ ਹੈ ਕੋਈ ਥਾਇਰੋਇਡ ਡਿਜ਼ੀਜ਼ ਤਾਂ ਨਹੀਂ ਹੈ ਉਹਦੇ ਟੈਸਟ ਹੋ ਜਾਂਦੇ ਆ ਫਿਰ ECG ਜਿਹੜੀ ਹੈਗੀ ਆ ਉਹ ਕਰਦੇ ਹੈਗੇ ਆ ਉਹ ਤੋਂ ਪਤਾ ਲੱਗ ਜਾਂਦਾ ਜੇ ਉਹ ਤੋਂ ਵੀ ਨਾ ਪਤਾ ਲੱਗੇ ਫਿਰ ਹੌਲਟਰ ਮੋਨਿਟਰ ਹੈਗਾ ਆ ਜਿਹੜਾ ਕਿ ਅਸੀਂ ਉਹ ਵੀ ECG ਹੈ ਪਰ ਉਹ 24 ਘੰਟੇ ਅਸੀਂ ਨਾਲ ਮਰੀਜ਼ ਦੇ ਬੰਨ੍ਹ ਦਿੰਨੇ ਆਂ ਔਰ 24 ਘੰਟੇ ਦਾ ਉਹ ਰਿਕਾਰਡ ਲੈ ਲੈਂਦੇ ਆ ਤਾਂ ਫਿਰ ਜਦੋਂ ਮਤਲਬ ਉਹਦੇ ਵਿੱਚ ਕੋਈ ਅਬਨਾਰਮਲਟੀ ਹੁੰਦੀ ਆ ਤਾਂ ਦੇਖ ਲੈਣੇ ਹੈਗੇ ਆ ਫਿਰ ਇਵੈਂਟ ਰਿਕਾਰਡਿੰਗ ਰਿਕਾਰਡਰ ਹੈਗਾ ਆ ਉਹ 30 ਦਿਨਾਂ ਲਈ ਅਸੀਂ ਪੇਸ਼ੈਂਟ ਦੇ ਨਾਲ ਲਗਾ ਦਿੰਨੇ ਹੈਗੇ ਆ ਤੇ 30 ਦਿਨਾਂ ਦੇ ਵਿੱਚ ਰਿਕਾਰਡ ਕਰ ਲੈਣੇ ਆ ਕਿ 30 ਦਿਨਾਂ ਦੇ ਵਿੱਚ ਜਦੋਂ ਕੋਈ ਇਵੈਂਟ ਹੁੰਦੀ ਆ ਜੇ ਕੋਈ ਧੜਕਣ ਵਗੈਰਾ ਦੀ ਅਬਨਾਰਮਲਟੀ ਹੁੰਦੀ ਆ ਤਾਂ ਉਹਦੇ ਵਿੱਚ ਰਿਕਾਰਡ ਹੋ ਜਾਂਦੀ ਆ ਇੱਕ ਫਿਰ ਇਕੋਕਾਰਡੀਓਗ੍ਰਾਮ ਹੈ ਇਕੋਕਾਰਡੀਓਗ੍ਰਾਮ ਦੇ ਨਾਲ ਜਿੱਦਾਂ ਅਸੀਂ ਕਰਦੇ ਹੈਗੇ ਆ ਸਕੈਨਿੰਗ ਕਰਦੇ ਹੈਗੇ ਆ ਉਹ ਹਾਰਟ ਦੀ ਸਕੈਨਿੰਗ ਹੋ ਜਾਂਦੀ ਆ ਕਿਸ ਤਰ੍ਹਾਂ ਹਾਰਟ ਧੜਕਦਾ ਹੈ ਉਹ ਸਕੈਨਿੰਗ ਦੇ ਵਿੱਚ ਵੀ ਪਤਾ ਲੱਗ ਜਾਂਦਾ ਹੈਗਾ ਫੇ ਕਈ ਵਾਰੀ ਇੰਪਲਾਂਟੇਬਲ ਲੂਪ ਰਿਕਾਰਡਰ ਹੈਗਾ ਜਿਹੜਾ ਕਿ ਅਸੀਂ ਹਾਰਟ ਦੇ ਵਿੱਚ ਫਿਕਸ ਕਰ ਦਿੰਨੇ ਹੈਗੇ ਆ ਕਿ ਉਹਦੇ ਨਾਲ ਫੇ ਰਿਕਾਰਡ ਹੋਈ ਜਾਂਦਾ ਆ ਕਿ ਹਾਰਟ ਦੀ ਧੜਕਣ ਕਿਸ ਤਰ੍ਹਾਂ ਇਸ ਤਰ੍ਹਾਂ ਕੋਸ਼ਿਕ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਨਾਲ ਅਸੀਂ ਧੜਕਣ ਦੇ ਬਾਰੇ ਵਿੱਚ ਡਾਇਗਨੋਸ ਕਰ ਸਕਦੇ ਹੈਗੇ ਆ ਜਿਹੜੇ ਡਿਫਿਕਲਟ ਡਾਇਗਨੋਸਟਿਕ ਕਰਨ ਵਾਲੇ ਅਰੀਦਮੀਆਂ ਹੈਗੇ ਆ ਇਹ ਜੇ ਜੇ ਉਹਦਾ ਟ੍ਰਿਗਰ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਹੈ ਫਿਰ ਅਸੀਂ ਸਟ्रेस ਟੈਸਟ ਕਰਦੇ ਹਾਂ ਕਿ ਤੁਹਾਨੂੰ ਸਾਈਕਲ ਦੇ ਉੱਤੇ ਐਕਸਰਸਾਈਜ਼ ਕਰਨ ਲਈ ਜਾਂ ਟ੍ਰੈਡਮਿਲ ਦੇ ਉੱਤੇ ਜਾਂ ਕੋਈ ਐਸੀ ਡਰੱਗ ਦੇ ਕੇ ਉਹ ਉਹਦੇ ਵਿੱਚ ਪਤਾ ਕਰਦੇ ਹਾਂ ਕਿ ਇਹ ਇਹ ਜਿਹੜਾ ਟ੍ਰਿਗਰ ਕੀ ਚੀਜ਼ ਹੈ ਕਿਹਦੇ ਕਰਕੇ ਇਹ ਹੁੰਦਾ ਹੈਗਾ ਕਈ ਵਾਰੀ ਟਿਲਟ ਟੇਬਲ ਟੈਸਟ ਹੁੰਦਾ ਆ ਜੇ ਫੇਨਟਿੰਗ ਸਪੈਲਸ ਹੁੰਦੇ ਆ ਜੇ ਤੁਹਾਨੂੰ ਕੋਈ ਮਤਲਬ ਬੇਹੋਸ਼ੀ ਦਾ ਹੋ ਜਾਂਦਾ ਹੈ ਕਿ ਖੜੇ ਖੜੇ ਤੁਸੀਂ ਬੇਹੋਸ਼ ਹੋ ਜਾਂਦੇ ਆ ਤੇ ਫਿਰ ਇੱਕ ਟਿਲਟਿੰਗ ਟੈਸਟ ਹੈਗਾ ਆ ਕਿ ਤੁਹਾਨੂੰ ਉਸ ਟੇਬਲ ਦੇ ਉੱਤੇ ਲਟਾ ਦਿੱਤਾ ਜਾਂਦਾ ਤੇ ਟਿਲਟ ਕੀਤਾ ਜਾਂਦਾ ਤੇ ਫਿਰ ਉਹਨੂੰ ਮਤਲਬ ਉਸ ਚੀਜ਼ ਜਿਹੜੀ ਹੈਗੀ ਆ ਅੰਡਰ ਡਾਕਟਰਜ਼ ਆਬਜ਼ਰਵੇਸ਼ਨ ਦੇ ਵਿੱਚ ਦੇਖੀ ਜਾਂਦੀ ਆ ਕਿ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਆ ਜਾਂ ਉਹ ਡਾਊਨ ਤਾਂ ਨਹੀਂ ਹੁੰਦਾ ਜਦੋਂ ਤੁਸੀਂ ਖੜੇ ਹੁੰਨੇ ਹੈਗੇ ਆ ਤੇ ਕਿਸ ਤਰ੍ਹਾਂ ਹੈ ਇਲੈਕਟ੍ਰੋਫਿਜ਼ੀਓਲੋਜੀਕਲ ਟੈਸਟਿੰਗ ਜਿਹੜੇ ਹੈਗੇ ਆ ਤੁਹਾਡੇ ਜਿਹੜੇ ਹਾਰਟ ਦੇ ਵਿੱਚ ਇਲੈਕਟ੍ਰੋਫਿਜ਼ੀਓਲੋਜੀਕਲ ਟੈਸਟ ਜਿਹੜੇ ਰੇਤਮ ਹੈਗੇ ਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਤਲਬ ਜਿਹੜੇ ਮਿਨਰਲਸ ਹੈਗੇ ਆ ਕਿਸ ਤਰ੍ਹਾਂ ਹੈ ਇਲੈਕਟ੍ਰੋਜ਼ ਲਾ ਕੇ ਤੇ ਉਹਦੇ ਟੈਸਟ ਕੀਤੇ ਜਾਂਦੇ ਆ ਇਹ ਮਤਲਬ ਹਸਪੀਟਲਾਂ ਦੇ ਵਿੱਚ ਇਸ ਤਰ੍ਹਾਂ ਦੇ ਟੈਸਟ ਹੁੰਦੇ ਹੈਗੇ ਆ ਜਿਹੜੇ ਬਾਰੇ ਤੁਹਾਨੂੰ ਜਾਣਕਾਰੀ ਥੋੜੀ ਬਹੁਤ ਲੈਣ ਦੀ ਜ਼ਰੂਰਤ ਹੈਗੀ ਆ ਟਰੀਟਮੈਂਟ ਜਿਹੜੀ ਹੈਗੀ ਸੌਰੀ ਟੂ ਇੰਟਰਰਪਟ ਅਗਰ ਮੀਟਿੰਗ ਕੰਡੂੰ ਦਿਪੀਕੋਸੋ 40 ਮਿੰਟਸ ਦਾ ਸੈਸ਼ਨ ਹੁੰਦਾ ਹੈ ਤਾਂ ਪਲੀਜ਼ ਦੁਆਰਾ ਜੁਆਇਨ ਕਰ ਲੈਣਾ ਥੈਂਕ ਯੂ ਠੀਕ ਹੈ ਜੀ ਤੇ ਟ੍ਰੀਟਮੈਂਟ ਇਹਦੇ ਵਿੱਚ ਹੈਗੀ ਆ ਡਿਪੈਂਡਸ ਔਨ ਵੈਦਰ ਯੂ ਹੈਵ ਏ ਜੇ ਤੁਹਾਡੀ ਹਾਰਟ ਬੀਟ ਜ਼ਿਆਦਾ ਵਧੀ ਹੋਈ ਹੈਗੀ ਆ ਜਿਹੜੀ ਟੈਕੀਕਾਰਡੀਆ ਹੈ ਜਾਂ ਕੁਝ ਟ੍ਰੀਟਮੈਂਟਸ ਦਾ ਕੋਈ ਲੋਡ ਨਹੀਂ ਹੁੰਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਕਿ ਟੈਕੀਕਾਰਡੀਆ ਜਿਹੜੇ ਸੁਪਰਾਵੈਂਟਿਕੂਲਰ ਟੈਕੀਕਾਰਡੀਆ ਜਾਂ ਵੈਸੇ ਟੈਕੀਕਾਰਡੀਆਜ਼ ਹੁੰਦੇ ਹੈਗੇ ਆ ਤੇ ਤੁਹਾਡੇ ਡਾਕਟਰ ਰეკਮੈਂਡ ਕਰ ਸਕਦੇ ਆ ਰੈਗੂਲਰ ਚੈੱਕਅਪ ਕਰਕੇ ਉਹ ਤੁਹਾਡੀ ਮੋਨੀਟਰ ਕਰ ਸਕਦੇ ਆ ਕੰਡੀਸ਼ਨ ਟਰੀਟਮੈਂਟ ਜਿਹੜੀ ਹੈਗੀ ਆ ਉਹਨਾਂ ਰੈਗੂਲਰ ਹਾਰਟਬੀਟ ਦੇ ਵਿੱਚ ਹੀ ਹੁੰਦੀ ਆ ਜਿਹਦੇ ਵਿੱਚ ਸਿਗਨੀਫੀਕੈਂਟ ਸਿੰਪਟਮਸ ਤੁਹਾਨੂੰ ਹੋ ਜਾਂਦੇ ਹੈਗੇ ਆ ਟਰੀਟਮੈਂਟ ਜਿਹੜੀ ਆ ਰੈਗੂਲਰ ਹਾਰਟ ਬੀਟ ਦੀ ਜਿਹੜੇ ਸਿਗਨੀਫੀਕੈਂਟ ਸਿੰਪਟਮ ਹੁੰਦੇ ਉਹਨਾਂ ਚ ਹੁੰਦੀ ਆ ਦਾ ਕੰਡੀਸ਼ਨ ਜਿਹੜੀ ਹੈਗੀ ਆ ਤੁਹਾਨੂੰ ਰਿਸਕ ਦੇ ਉੱਤੇ ਪਾ ਦਿੰਦੀ ਹੈਗੀ ਆ ਜਿਹੜੀਆਂ ਮੋਰ ਸੀਰੀਅਸ ਹਾਰਟ ਪ੍ਰੋਬਲਮਸ ਹੁੰਦੀਆਂ ਹੈਗੀਆਂ ਆ ਤੇ ਹਾਰਟ ਰਿਦਮੀਆਂ ਜਿਹੜੇ ਹੈਗੇ ਆ ਇਹਨਾਂ ਵਿੱਚ ਮੈਡੀਕੇਸ਼ਨਸ ਵੀ ਹੁੰਦੀ ਆ ਥੈਰੇਪੀਜ਼ ਵੀ ਹੁੰਦੀ ਆ ਵੇਗਲ ਮੈਨੂਵਰਸ ਹੁੰਦੇ ਆ ਜਿਸ ਤਰ੍ਹਾਂ ਮੈਂ ਦੱਸਿਆ ਕਿ ਵੇਗਲ ਮੈਨੂਵਰਸ ਦੇ ਨਾਲ ਸੁਪਰਾਵੈਂਟਿਕੂਲਰ ਟੈਕਿਕਾਰਡੀਆ ਹਟ ਜਾਂਦਾ ਜਾਂ ਗੈਗ ਰिफ्लेक्स ਦੇ ਨਾਲ ਉਂਗਲੀ ਮੂੰਹ ਚ ਪਾ ਕੇ ਉਲਟੀ ਕਰਨ ਦੇ ਨਾਲ ਵੀ ਇਹ ਇਹਨੂੰ ਅਸੀਂ ਵੇਗਲ ਮੈਨੂਵਰ ਕਹਿੰਨੇ ਹੈਗੇ ਆ ਕਈ ਵਾਰੀ ਕਾਰਡੀਓ ਵਰਸ਼ਨ ਦੇ ਨਾਲ ਅਸੀਂ ਮਤਲਬ ਕਰਦੇ ਹੈਗੇ ਆ ਕਈ ਵਾਰ ਕੈਥੀਟਰ ਪ੍ਰोसीजर ਹੈਗਾ ਕਿ ਸਰਜਰੀ ਦੇ ਦੁਆਰਾ ਹਾਰਟ ਦੇ ਵਿੱਚ ਕੈਥੀਟਰ ਪਾ ਕੇ ਉਹਦੇ ਨਾਲ ਟਰੀਟਮੈਂਟ ਕੀਤੀ ਜਾਂਦੀ ਹੈਗੀ ਆ ਵੇਗਲ ਮੈਨੂਵਰਸ ਕਿਹੜੇ ਹੈਗੇ ਆ ਤੇ ਜੇ ਤੁਹਾਡੀ ਹਾਰਟ ਬੀਟ ਬਹੁਤ ਜ਼ਿਆਦਾ ਫਾਸਟ ਹੈਗੀ ਆ ਡੂ ਟੂ ਸੁਪਰਾ ਵੈਂਟਿਕੂਲਰ ਟੈਕੀਕਾਰਡੀਆ ਜਿਹੜਾ ਮੈਂ ਤੁਹਾਨੂੰ ਦੱਸਿਆ ਹੈਗਾ ਆ ਤੇ ਉਹ ਥੈਰੇਪੀ ਇਸ ਲਈ ਕਰਦੇ ਹੈਗੇ ਆ ਵੇਗਲ ਮੈਨੂਵਰ ਜਿਹੜੇ ਹੈਗੇ ਆ ਇਹ ਨਰਵਸ ਸਿਸਟਮ ਨੂੰ ਵੇਗਲ ਟੋਨ ਜਿਹੜੀ ਹੈਗੀ ਆ ਜਾਂ ਵੇਗਸ ਨਰਵ ਹੈ ਉਹਨੂੰ ਅਫੈਕਟ ਕਰਦੇ ਹੈਗੇ ਆ ਉਹਦੇ ਨਾਲ ਜਿਹੜਾ ਹਾਰਟ ਬੀਟ ਹੈਗੀ ਆ ਉਹ ਘਟ ਜਾਂਦੀ ਹੈਗੀ ਆ ਤੇ ਇਹਦੇ ਨਾਲ ਕਿਦਾਂ ਆ ਬਾਈ ਹੋਲਡਿੰਗ ਯੂਰ ਬ੍ਰੈਥ ਐਂਡ ਸਟ੍ਰੇਨਿੰਗ ਬ੍ਰੈਥ ਨੂੰ ਮਤਲਬ ਬੰਦ ਕਰ ਲੈਣਾ ਨੱਕ ਨੂੰ ਮੂੰਹ ਨੂੰ ਤੇ ਫਿਰ ਤੁਸੀਂ ਸਟ्रेस ਕਰਨਾ ਹੈ ਕੱਢਣ ਦੀ ਕੋਸ਼ਿਸ਼ ਕਰਨੀ ਆ ਉਹਦੇ ਨਾਲ ਵੀ ਹੋ ਜਾਂਦਾ ਡ੍ਰਿੰਕ ਡਾਂਕਿੰਗ ਯੋਰ ਫੇਸ ਇਨ ਆਈਸ ਵਾਟਰ ਕਈ ਵਾਰੀ ਪਾਣੀ ਜਿਹੜਾ ਆਈਸ ਵਾਟਰ ਹੈ ਉਹਦੇ ਨਾਲ ਵੀ ਹੋ ਜਾਂਦਾ ਜਾਂ ਕਫਿੰਗ ਜ਼ੋਰ ਦੀ ਖੰਸੀ ਕਰਨਾ ਉਹਦੇ ਨਾਲ ਵੀ ਵੇਕਲ ਸਟੀਮੂਲੇਟ ਹੋ ਜਾਂਦਾ ਆ ਤੇ ਇਹ ਹਰ ਇੱਕ ਟਾਈਪ ਦੇ ਅਰਿਦਮੀਆ ਲਈ ਨਹੀਂ ਹੈ ਸਿਰਫ ਸੁਪਰਾ ਵੈਂਟ੍ਰਿਕੂਲਰ ਟੈਕਿਕਾਰਡੀਆ ਅਗਰ ਹੈਗਾ ਆ ਤਾਂ ਉਹਦੇ ਲਈ ਇਹ ਕਾਮਯਾਬ ਹੈਗਾ ਆ ਫਿਰ ਵੇਗਸ ਨਰਵ ਜਿਹੜੀ ਆ ਬ੍ਰੇਨ ਨੂੰ ਕਨੈਕਟ ਕਰਦੀ ਆ ਹਾਰਟ ਤੇ ਬ੍ਰੇਨ ਤੇ ਇਹਨੂੰ ਸਟੀਮੂਲੇਟ ਕਰਨਾ ਜਿਹੜੀਆਂ ਪੈਲਪੀਟੇਸ਼ਨਸ ਉਹ ਜ਼ਿਆਦਾ ਘਟ ਜਾਂਦੀਆਂ ਹੈਗੀਆਂ ਆ ਤੇ ਸਟੀਮੂਲੇਟ ਦਾ ਵੇਗਸ ਨਰਵ ਬਾਈ ਹੋਲਡਿੰਗ ਦਾ ਬ੍ਰੈਥ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਪੁਸ਼ਿੰਗ ਡਾਊਨ ਐਸ ਦੋ ਹੈਵਿੰਗ ਅ ਬਾਉਲ ਜਦੋਂ ਮਤਲਬ ਇੱਕ ਤਾਂ ਹੈਗਾ ਆ ਕਿ ਸਟ्रेस ਕਰਨਾ ਇੱਕ ਜਦੋਂ ਤੁਸੀਂ ਨੱਕ ਔਰ ਮੂੰਹ ਬੰਦ ਕਰ ਲੈਨੇ ਆ ਸਾਹ ਨੂੰ ਤੇ ਸਾਹ ਲੈਣ ਦੇ ਇਸ ਤਰ੍ਹਾਂ ਮਤਲਬ ਥੱਲੇ ਨੂੰ ਪੁਸ਼ ਕਰਨਾ ਆ ਜਿਸ ਤਰ੍ਹਾਂ ਤੁਸੀਂ ਡੈਫିକੇਟ ਕਰਦੇ ਹੈਗੇ ਆ ਬੋਲ ਮੂਵਮੈਂਟ ਨੂੰ ਕਰ ਲੈ ਹੈਗਾ ਆ ਇਸ ਜਿਹੜੀ ਹੈਗੀ ਆ ਕੋਲਡ ਡੈਂਪ ਟੋਵਲ ਦੇ ਉੱਤੇ ਲੈ ਕੇ ਤਾਂ ਫੇਸ ਦੇ ਉੱਤੇ ਤੁਸੀਂ ਰੱਖ ਸਕਦੇ ਆ ਫਿਊ ਸੈਕੰਡਸ ਦੇ ਲਈ ਜਾਂ ਕੋਲਡ ਵਾਟਰ ਤੁਸੀਂ ਆਪਣੇ ਮੂੰਹ ਤੇ ਸਪਲੈਸ਼ ਕਰ ਸਕਦੇ ਹੈਗੇ ਆ ਜਾਂ ਓਮ ਦਾ ਚੈਂਟ ਕਰ ਸਕਦੇ ਹੈਗੇ ਆ ਓਮ ਦੇ ਨਾਲ ਵੀ ਤੁਹਾਡਾ ਜਿਹੜਾ ਮਤਲਬ ਹੈ ਜਿਹੜੀ ਵੇਗਸ ਨਰਵ ਹੈਗੀ ਆ ਉਹ ਸਟੀਮੂਲੇਟ ਹੋ ਜਾਂਦੀ ਆ ਕੋਲਡ ਸ਼ਾਵਰ ਅਗਰ ਤੁਸੀਂ ਠੰਡੇ ਪਾਣੀ ਦਾ ਨਹਾਲ ਨਹਾਲੋ ਤਾਂ ਉਹਦੇ ਨਾਲ ਵੀ ਹੋ ਜਾਂਦੀ ਆ ਕਈ ਵਾਰੀ ਮਸਾਜਿੰਗ ਜੋ ਨੈਕ ਜਿਹੜੀ ਹੈਗੀ ਆ ਜਿਹੜੇ ਕੈਰਟਿਡ ਸਾਈਨਸ ਜਿਹੜਾ ਮੈਂ ਤੁਹਾਨੂੰ ਦੱਸਿਆ ਹੈਗਾ ਉਹਦੇ ਨਾਲ ਵੀ ਇਹ 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 ਠੀਕ ਹੋ ਜਾ ਹੋ ਸਕਦੀ ਹੈਗੀ ਆ ਫਿਰ ਕਾਰਡੀਓ ਵਰਸ਼ਨ ਜਿਹੜੀ ਹੈਗੀ ਆ ਇਹ ਹਾਰਟ ਦੀ ਰਿਦਮ ਨੂੰ ਸੈੱਟ ਕਰਨ ਦੇ ਲਈ ਹੁੰਦਾ ਆ ਜਿਹੜਾ ਡਾਕਟਰ ਹੈਗਾ ਆ ਉਹ ਹੀ ਇਹ ਕਰਦਾ ਹੈਗਾ ਆ ਔਰ ਐਟਰੀਅਲ ਫਿਬ੍ਰਿਲੇਸ਼ਨ ਹੋਏ ਜਾਂ ਰਦਮੀਆਂ ਹੋਵੇ ਉਹ ਇਲੈਕਟ੍ਰਿਕ ਦੇ ਸ਼ੌਕ ਜਿਹਨੂੰ ਕਹ ਦਿੰਦੇ ਆ ਅਸੀਂ ਸ਼ੌਕ ਦਿੰਦਾ ਆ ਤੇ ਉਹਦੇ ਨਾਲ ਕਾਰਡੀਓ ਵਰਸ਼ਨ ਹੋ ਜਾਂਦੀ ਹੈਗੀ ਆ ਸ਼ੌਕ ਡਿਲੀਵਰ ਹੁੰਦਾ ਆ ਹਾਰਟ ਦੇ ਥਰੂ ਪੈਡਲਸ ਹੁੰਦੇ ਆ ਦੋ ਉਹਦੇ ਨਾਲ ਉੱਤੇ ਰੱਖਦੇ ਆ ਤੇ ਉਹਦੇ ਨਾਲ ਇੱਕ ਸ਼ੌਕ ਹੁੰਦਾ ਤੇ ਆਦਮੀ ਹੋ ਜਾਂਦਾ ਆ ਤੇ ਸਰਜਰੀ ਤੇ ਅਦਰ ਪ੍ਰੋਸੀਜਰ ਵੀ ਹੈਗੇ ਆ ਰਿਦਮੀਆਂ ਦੇ ਜਿਹਦੇ ਨਾਲ ਕੈਥਟਰ ਪਾ ਕੇ ਅੰਦਰ ਸਰਜਰੀ ਤੇ ਇਮਪਲੈਂਟ ਜਿਹੜੇ ਹਾਰਟ ਦੇ ਵਿੱਚ ਉਹ ਕਰਦੇ ਹੈਗੇ ਆ ਤੇ ਜਿਹੜੇ ਬਹੁਤ ਸਾਰੇ ਕਈ ਅਰਿਦਮੀਆਂਜ਼ ਹੈਗੇ ਆ ਜਿਨ੍ਹਾਂ ਨੂੰ ਓਪਨ ਹਾਰਟ ਸਰਜਰੀ ਹਾਰਟ ਨੂੰ ਖੋਲ ਕੇ ਫਿਰ ਉਹਦਾ ਟ੍ਰੀਟਮੈਂਟ ਕਰਨਾ ਪੈਂਦਾ ਹੈਗਾ ਆ ਤੇ ਕੈਥਟਰ ਓਬਲੇਸ਼ਨ ਮਤਲਬ ਉਹ ਜਿਹੜੀ ਗਰੰਟ ਦੀ ਤਾਰ ਹੈਗੀ ਆ ਜੇ ਉਹ ਜ਼ਿਆਦਾ ਐਕਟਿਵ ਆ ਤਾਂ ਉਹਨੂੰ ਅਬਲੇਟ ਕਰ ਦਿੱਤਾ ਜਾਂਦਾ ਕੱਟ ਦਿੱਤਾ ਜਾਂਦਾ ਹੈਗਾ ਇਲੈਕਟਰੋਡ ਅੰਦਰ ਪਾ ਕੇ ਕਈ ਵਾਰੀ ਇੰਪਲਾਂਟੇਬਲ ਕਾਰਡੀਓ ਵਰਟਰ ਡੀਫਿਬ੍ਰਿਲੇਟਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਦੀ ਬੈਟਰੀ ਅੰਦਰ ਗਈ ਹੈਗੀ ਆ ਉਹ ਇੱਕ ਹੋਰ ਬੈਟਰੀ ਲਗਾ ਕੇ ਉਹਦੇ ਨਾਲ ਫਿਰ ਮੇਜ ਪ੍ਰੋਸੀਜਰ ਹੈ ਕੋਰਨਰੀ ਬਾਈਪਾਸ ਸਰਜਰੀ ਹੈ ਇਹ ਸਾਰੇ ਪ੍ਰੋਸੀਜਰ ਜਿਹੜੇ ਹੈ ਸਿਰਫ ਤੁਹਾਨੂੰ ਦੱਸਣ ਲਈ ਹੈ ਕਿ ਉਹ ਡਾਕਟਰ ਕਰਦੇ ਹੈਗੇ ਆ ਹੁਣ ਇਹ ਆਦਾ ਆ ਕਿ ਲਾਈਫ ਸਟਾਈਲ ਤੇ ਹੋਮ ਰੈਮਡੀਜ਼ ਇਹਦੇ ਵਿੱਚ ਕੀ ਹੈਗੀ ਆ ਇਹਦੇ ਵਿੱਚ ਇਹ ਆ ਕਿ ਇੱਕ ਤਾਂ ਹਾਰਟ ਹੈਲਦੀ ਜਿਹੜਾ ਫੂਡਸ ਹੈਗੇ ਆ ਖਾਸ ਕਰਕੇ ਜਿਹੜੇ ਸਾਡੇ ਹਰੀਆਂ ਸਬਜ਼ੀਆਂ ਫਰੂਟਸ ਵਗੈਰਾ ਆ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਆ ਐਕਸਰਸਾਈਜ਼ ਜਿਹੜੀ ਆ ਰੈਗੂਲਰਲੀ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਕਿ ਤੁਹਾਡਾ ਰੈਸਟਿੰਗ ਹਾਰਟ ਰੇਟ ਜਿਹੜਾ ਆ ਐਕਸਰਸਾਈਜ਼ ਦੇ ਨਾਲ ਘਟ ਜਾਂਦਾ ਆ ਔਰ ਤੁਹਾਡਾ ਹਾਰਟ ਸਟਰੋਂਗ ਹੋ ਜਾਂਦਾ ਜਿਹੜਾ ਕੋਈ ਸਮੋਕਿੰਗ ਕਰਦਾ ਆ ਉਹਨੂੰ ਸਮੋਕਿੰਗ ਛੱਡ ਦੇਣੀ ਚਾਹੀਦੀ ਹੈਗੀ ਆ ਜੇ ਤੁਹਾਡਾ weight ਜ਼ਿਆਦਾ ਹੈਗਾ ਆ ਤਾਂ weight ਨੂੰ ਆਪਟੀਮਲ ਜਿੰਨਾ ਹੈ ਉਹਦੇ ਵੱਲ ਲਿਆਉਣਾ ਚਾਹੀਦਾ ਹੈ ਤੇ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਲੈਵਲ ਜਿਹੜੇ ਹੈਗੇ ਆ ਉਹ ਅੰਡਰ ਕੰਟਰੋਲ ਹੋਣੇ ਚਾਹੀਦੇ ਆ ਅਲਕੋਹਲ ਉਹਨਾਂ ਤੋਂ ਬائے ਅਵੋਇਡ ਕਰਨਾ ਚਾਹੀਦਾ ਆ ਤੇ ਜਿਹੜੀ ਡਾਕਟਰ ਨੇ ਕੋਈ ਮੇਨਟੇਨੈਂਸ ਦਿੱਤੀ ਹੋਈ ਹੈ ਫਾਲੋ ਅਪ ਹੈ ਉਹਦੀ ਕੇਅਰ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਤੇ ਆਲਟਰਨੇਟਿਵ ਮੈਡੀਸਿਨਸ ਕੀ ਹੈਗੀਆਂ ਆ ਮੈਨੇਜਿੰਗ ਸਟ्रेस ਇੰਪੋਰਟੈਂਟ ਸਟੈਪ ਆ ਜਿਹੜਾ ਕਿ ਹਾਰਟ ਨੂੰ ਹੈਲਦੀ ਰੱਖਣ ਦੇ ਲਈ ਤੇ ਸਟ्रेस ਰਿਲੀਫ ਟੈਕਨੀਕਸ ਜਿਹੜੀਆਂ ਹੈਗੀਆਂ ਉਹ ਹਾਰਟ ਰਿਦਮੀਆਂ ਨੂੰ ਪ੍ਰिवेंट ਕਰ ਦਿੰਦੀਆਂ ਹੈਗੀਆਂ ਆ ਕੁਝ ਇੱਕ ਤਰੀਕੇ ਹਨ ਜਿਹੜੇ ਸਟ्रेस ਨੂੰ ਅਸੀਂ ਕਟਾ ਸਕਦੇ ਆ ਜਿਸ ਤਰ੍ਹਾਂ ਯੋਗਾ ਐਕਸਰਸਾਈਜ਼ਸ ਹੈਗੀਆਂ ਮੈਡੀਟੇਸ਼ਨ ਔਰ ਮਾਈਂਡਫੁਲਨੈਸ ਹੈਗੀਆਂ ਰਿਲੈਕਸ ਰਿਲੈਕਸੇਸ਼ਨ ਟੈਕਨੀਕਸ ਹੈਗੀਆਂ ਜਿਹਦੇ ਨਾਲ ਅਸੀਂ ਆਪਣੇ ਹਾਰਟ ਨੂੰ ਹੈਲਦੀ ਰੱਖ ਸਕਦੇ ਹੈਗੇ ਆ ਤੇ ਪੈਲਪੀਟੇਸ਼ਨ ਨੂੰ ਘਟਾਉਣ ਦੇ ਲਈ ਹੈਗਾ ਆ ਕਿ ਜਦੋਂ ਇਹ ਨੋਟਿਸੀਬਲ ਹੋ ਜਾਏ ਕਿ ਤੁਸੀਂ ਜਿਆਦਾ ਤੁਹਾਨੂੰ ਪੈਲਪੀਟੇਸ਼ਨ ਹੁੰਦਾ ਆ ਤੇ ਤਬਾਕੂ ਪ੍ਰੋਡਕਟਸ ਹੈਗੇ ਆ ਜਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੁੰਦਾ ਆ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਇਲੀਗਲ ਡਰੱਗਸ ਹੈਗੀਆਂ ਆ ਉਹ ਉਹ ਯੂਜ਼ ਨਹੀਂ ਕਰਨੀਆਂ ਚਾਹੀਦੀਆਂ ਕੋਈ ਕੋਲਡ ਤੇ ਕਫ ਮੈਡੀਕੇਸ਼ਨਸ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਮੈਡੀਕੇਸ਼ਨਸ ਹੈਗੀਆਂ ਜਿਹੜੀਆਂ ਕਿ ਹਾਰਟ ਪੈਲਪੀਟੇਸ਼ਨ ਕਰ ਦਿੰਦੀਆਂ ਹੈਗੀਆਂ ਕੈਫੀਨੇਟਿਡ ਬੈਵਰੇजेस ਹੈਗੀਆਂ ਕਾਫੀ ਟੀ ਸੋਡਾ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਐਪੀਟਾਈਟ ਸੁਪਰੈਸੈਂਟਸ ਜਿਹੜੇ ਲੈਂਦੇ ਆ ਜਿਹੜੇ ਆਪਣੇ ਵਜ਼ਨ ਘਟਾਉਣ ਦੇ ਲਈ ਉਹ ਵੀ ਨਹੀਂ ਲੈਣੇ ਚਾਹੀਦੇ ਕੋਈ ਮੈਂਟਲ ਹੈਲਥ ਮੈਡੀਕੇਸ਼ਨਸ ਜਿਹੜੀਆਂ ਹੈਗੀਆਂ ਆ ਉਹ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਸਾਰੇ ਸਟੀਮੂਲੇਟਿੰਗ ਲੈਂਟਸ ਜਿਹੜੇ ਹੈਗੇ ਆ